ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਕਿਆ ਹੋ ਚੰਦਾ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮਹਾਂਪੁਰਖ ਸੰਤ ਬਾਬਾ ਗੁਰਵਿੰਦਰਪਾਲ ਸਿੰਘ ਜੀ ਜਲੰਧਰ ਵਾਲੇ। ਸੋ ਜਿਨ੍ਹਾਂ ਨੇ ਆਪ ਜੀ ਨੂੰ ਬੜਾ ਰਾਸਤਨਾ ਕੀਰਤਨ ਸਾਨੂੰ ਕਰਾਇਆ, ਬਹੁਤ ਬਹੁਤ ਧੰਨਵਾਦ ਹੈ ਮਹਾਂਪੁਰਖਾਂ ਦਾ, ਕਿਉਂਕਿ ਪਰਸੋਂ ਵੀ ਅਜੇ ਵੀ ਅਗਵਾਏ ਹਨ। ਰਾਸਤੀ ਦਾਸ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ, ਲੋਕ ਮਹਾਂਪੁਰਖਾਂ ਨੇ ਮਨਜ਼ੂਰ ਕਰਕੇ ਮਾਇਰੀ ਭਰੀ ਹੈ। ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਆਸ ਕਰਦੇ ਹਾਂ ਮਹਾਂਪੁਰਖ ਆ ਕੇ ਇਸੇ ਤਰ੍ਹਾਂ ਕੀਰਤਨ ਕਰਦੇ ਰਹਿਣਗੇ। ਹੁਣ ਸਾਡੇ ਪਾਸ ਪੰਥ ਦੇ ਮਹਾਨ ਵਿਦਵਾਨ ਭਾਈ ਜੁਗੇਰ ਸਿੰਘ ਜੀ, ਜਿਸ ਤਰ੍ਹਾਂ ਹਰੇਕ ਮਹੀਨੇ ਦੀ ਕਥਾ, ਸੰਗਰਾਂਦ ਦੇ ਮਹੀਨੇ ਦੀ ਕਥਾ ਜੋ ਹੈ ਇੱਥੇ ਆ ਕੇ ਸ਼ਾਮਾਂ ਦੇ ਦੀਵਾਨ ਵਿੱਚ ਕਰਦੇ ਹਨ, ਜੋ ਕਿ ਉਹ ਅੱਜ ਕੌਮ ਦੇ ਟੀਵੀ 'ਤੇ ਲਾਈਵ ਜਾਂਦੀ ਹੈ। ਸੋ ਅੱਜ ਦਾ ਵੀ ਜੋ ਪ੍ਰੋਗਰਾਮ ਹੈ ਇਹ ਜੋ ਕਿ ਆਵਾਜ਼ੇ ਕੌਮ ਦੇ ਟੀਵੀ 'ਤੇ ਲਾਈਵ ਜਾਵੇਗਾ। ਮਹਾਂਪੁਰਖਾਂ ਦਾ ਕੀਰਤਨ ਵੀ ਉਹਨਾਂ ਨੇ ਜਦੋਂ ਆਏ ਉਦੋਂ ਤੋਂ ਲਾਈਵ ਕੀਤਾ। ਸੋ ਮੈਂ ਬੇਨਤੀ ਕਰਾਂਗਾ ਕਿ ਭਾਈ ਜੁਗੇਰ ਸਿੰਘ ਜੀ ਹੁਣ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਸੋ ਭਾਈ ਜੁਗੇਰ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਵਾਹਿਗੁਰੂ 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 ਸਾਹਿਬ ਜੀ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਐ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਐ ਬੁਰਾ ਭਲਾ ਤੁਧ ਸਭ ਕਿਛ ਸੁਝੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਦ ਜਾਣੈ ਬੁਰਾ ਭਲਾ ਤੁਧ ਸਭ ਕਿਛ ਸੁਝੈ ਤੁਧ ਭਾਵੈ ਤਿਵੈ ਬੁਲਾਵੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਜਿੰਨੇ ਵੀ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਪਰਸਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬਹਿ ਕੇ ਸਤਿਗੁਰ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਦੇ ਨਾਲ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਮਹਾਂਪੁਰਖਾਂ ਨੇ ਆਪ ਨੂੰ ਸਤਿਗੁਰ ਜੀ ਦੇ ਜਸ ਦੇ ਨਾਲ ਜਿਹੜਾ ਜੋੜਿਆ ਹੈ ਸੋ ਬਾਬਾ ਗੋਬਿੰਦਰਪਾਲ ਸਿੰਘ ਜੀ ਜਲੰਧਰ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਧੁਰਕੀ ਬਾਣੀ ਆਈ ਪਿੰਨ ਸਗਲੀ ਚਿੰਤ ਮਿਟਾਈ ਜਿਹਦੇ ਪਾਵਨ ਬਚਨਾਂ ਦੇ ਨਾਲ ਨਿਹਾਲ ਕੀਤਾ ਹੈ ਸੋ ਆਓ ਜਿੰਨਾ ਕੁ ਸਮਾਂ ਸਕੱਤਰ ਸਾਹਿਬ ਵੱਲੋਂ ਬਖਸ਼ਿਸ਼ ਹੋਇਆ ਹੈ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬਹਿ ਕੇ ਯਤਨ ਕਰਾਂ ਕਿ ਇਸ ਬਣੇ ਹੋਏ ਰਸ ਨੂੰ ਆਪਣੀ ਤੁਸ਼ਬੁੱਧੀ ਅਨੁਸਾਰ ਕਿਣਕਾ ਮਾਤਰ ਸਤਿਗੁਰ ਦੇ ਚਰਨਾਂ ਦੇ ਵਿੱਚ ਹੋਰ ਵਧਾ ਸਕਾਂ ਬਿਰਤੀਆਂ ਅਤੇ ਸੁਰਤੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੇ ਨਾਲ ਸਾਡੀਆਂ ਜੁੜ ਸਕਣ ਜੀ ਅਸੀਸ ਬਖਸ਼ਿਸ਼ ਕਰਿਓ ਤਾਂ ਜੋ ਬੋਲਣ ਦਾ ਬਲ ਮੇਰਾ ਸਤਿਗੁਰੂ ਬਖਸ਼ਿਸ਼ ਕਰ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਵੱਡੇ ਭਾਗ ਨੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਹਿ ਕੇ ਗੁਰੂ ਕੀਆਂ ਗੱਲਾਂ ਗੁਰੂ ਕੀਆਂ ਬਾਤਾਂ ਗੁਰੂ ਕੀ ਗੁਰਬਾਣੀ ਦੇ ਸ਼ਬਦ ਜਿੱਥੇ ਅਸੀਂ ਦਰਸ਼ਨ ਕਰ ਰਹੇ ਹਾਂ ਉੱਥੇ ਸੁਣ ਰਹੇ ਹਾਂ ਅਤੇ ਮੇਰਾ ਸਤਿਗੁਰੂ ਕਿਰਪਾ ਕਰੇ ਐਡੀ ਕੁ ਬਖਸ਼ਿਸ਼ ਹੋਰ ਕਰ ਦੇਵੇ ਕਿ ਸਾਡੀਆਂ ਬਿਰਤੀਆਂ ਦੇ ਅੰਦਰ ਮੇਰੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਉਹ ਟਿਕ ਜਾਵੇ ਕੇਵਲ ਦਰਸ਼ਨ ਕਰਨ ਅਤੇ ਸੁਣਨ ਤੱਕ ਹੀ ਸੀਮਤ ਨਾ ਮੇਰਾ ਸਤਿਗੁਰੂ ਰੱਖੇ ਸਾਡੇ ਜੀਵਨ ਦੇ ਅੰਦਰ ਕੁਛ ਨਾ ਕੁਛ ਤਬਦੀਲੀ ਆ ਜਾਵੇ ਅਤੇ ਮੇਰੇ ਸਤਿਗੁਰੂ ਦੇ ਬਚਨਾਂ ਦੇ ਅਨੁਸਾਰ ਸਾਡਾ ਜੀਵਨ ਉਹ ਢਲ ਜਾਵੇ ਭਾਈ ਗੁਰਜੀਤ ਸਿੰਘ ਹੋਣਾ ਨੇ ਆਪ ਜੀ ਨੂੰ ਮੇਰੇ ਤੋਂ ਪਹਿਲਾਂ ਦੱਸਿਆ ਹੈ ਕਿ ਹਰ ਮਹੀਨੇ ਦੀ ਸੰਗਰਾਂਦ ਤੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੇਵਾ ਲਾਈ ਹੈ ਉੱਥੇ ਆਪ ਸੰਗਤਾਂ ਤੇ ਗੁਰੂ ਕੇ ਪਿਆਰੇ ਜਿਹੜੀ ਸੇਵਾ ਨਿਭਾ ਰਹੇ ਨੇ ਇਹਨਾਂ ਦਾ ਵੀ ਧੰਨਵਾਦ ਹੈ ਜੋ ਆਪ ਸੰਗਤਾਂ ਦੇ ਸਨਮੁਖ ਕਰਾਉਂਦੇ ਨੇ ਸੋ ਹੁਣੇ ਹੀ ਕੁਝ ਦਿਨ ਪਹਿਲਾਂ ਸੰਗਤ ਜੀ ਸੰਗਰਾਂਦ ਦਾ ਦਿਹਾੜਾ ਲੰਘ ਕੇ ਗਿਆ ਹੈ ਤੇ ਉਸੇ ਹੀ ਦਿਨ ਜਿੱਥੇ ਅਸੀਂ ਸਾਉਣ ਮਹੀਨੇ ਦੀ ਸੰਗਰਾਂਦ ਮਨਾਈ ਹੈ ਆਪ ਸੰਗਤ ਦੇ ਨਾਲ ਟੂਕ ਮਾਤਰ ਮੈਂ ਜ਼ਿਕਰ ਕਰਕੇ ਗਿਆ ਸਾਂ ਕਿ ਅੱਜ ਸਾਡੇ ਸਿਰਾਂ 'ਤੇ ਜਿਹੜੀਆਂ ਦਸਤਾਰਾਂ ਸੋਭ ਰਹੀਆਂ ਨੇ
ਗੁਰੂ ਕੇ ਸਿੱਖ ਕਹਾਉਣ ਦਾ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਹਾਂ ਤੇ ਕੁੱਲ ਦੁਨੀਆਂ ਜਹਾਨ ਦੇ ਅੰਦਰ ਅਸੀਂ ਮਾਣ ਦੇ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਕਲਗੀ ਧਰ ਪਿਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਵੱਲੋਂ ਚਲਾਏ ਹੋਏ ਨਿਰਮਲ ਪੰਥ ਦੇ ਵਾਸੀ ਹਾਂ, ਉਸ ਪੰਥ ਦਾ ਹਿੱਸਾ ਹਾਂ। ਸੋ ਇਸੇ ਕਰਕੇ ਗੁਰਮੁਖ ਸੋਧਦੀਆਂ ਨੇ, ਕਿਉਂਕਿ ਭਾਈ ਤਾਰੂ ਸਿੰਘ ਜੀ ਸ਼ਹੀਦ, ਜਿਹਨਾਂ ਦਾ ਕਿ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ ਸੰਗਰਾਂਦ ਵਾਲੇ ਦਿਨ, ਉਹਨਾਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਸ਼ਹਾਦਤਾਂ ਨੇ ਜਿਹੜੀਆਂ ਅੱਜ ਦਸਤਾਰਾਂ ਬਣ ਕੇ ਗੁਰਸਿੱਖਾਂ ਦੇ ਸਿਰਾਂ ਤੇ ਸੋਭ ਰਹੀਆਂ ਨੇ। ਸੋ ਭਾਈ ਸਾਹਿਬ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸੰਡੇ ਵਾਲੇ ਅੱਜ ਦੇ ਦੀਵਾਨ ਦੇ ਅੰਦਰ ਆਪਾਂ ਯਤਨ ਕਰਾਂਗੇ ਕਿ ਭਾਈ ਤਾਰੂ ਸਿੰਘ ਜੀ ਦੀ ਉਸ ਅਦੁੱਤੀ ਸ਼ਹਾਦਤ ਨੂੰ ਮਨਾਉਂਦਿਆਂ ਹੋਇਆਂ ਤੇ ਨਾਲ ਹੀ ਜੋ ਅੱਜ ਦਾ ਦਿਹਾੜਾ ਸੰਗਤੀ ਹੈ ਮੀਰੀ ਪੀਰੀ ਡੇ, ਜਿਸਨੂੰ ਕਿ ਮੀਰੀ ਪੀਰੀ ਦਿਵਸ ਦੇ ਰੂਪ ਦੇ ਵਿੱਚ ਕੁੱਲ ਸੰਗਤਾਂ ਕੁੱਲ ਜਹਾਨ ਦੇ ਉੱਪਰ ਮਨਾ ਰਹੀਆਂ ਨੇ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਦੋ ਤਲਵਾਰਾਂ ਮੀਰੀ ਤੇ ਮੀਰੀ ਦੀਆਂ ਪਹਿਨੀਆਂ, ਜਿਨ੍ਹਾਂ ਦੇ ਕਿ ਅੱਜ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਸੰਗਤਾਂ ਉਸ ਇਤਿਹਾਸ ਨੂੰ ਤੇ ਗੁਰੂ ਕੀ ਕਿਰਪਾ ਨੂੰ ਮਹਿਸੂਸ ਕਰ ਰਹੀਆਂ ਨੇ ਤੇ ਸਰਵਣ ਕਰਕੇ ਆਪਣੇ ਆਪ ਨੂੰ ਵਡਭਾਗਾ ਬਣਾ ਰਹੀਆਂ ਨੇ। ਸੋ ਮੈਂ ਯਤਨ ਕਰਾਂਗਾ ਕਿ ਦੋਵੇਂ ਹੀ ਪੱਖਾਂ ਦੇ ਉੱਪਰ ਕੁਛ ਨਾ ਕੁਛ ਵਿਚਾਰ ਆਪ ਸੰਗਤ ਦੇ ਚਰਨਾਂ ਦੇ ਵਿੱਚ ਰੱਖ ਸਕਾਂ ਤੇ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਕਿ ਗੁਰੂ ਕੇ ਸ਼ਬਦ ਤੋਂ ਬਾਹਰ ਤੇ ਗੁਰੂ ਕੇ ਇਤਿਹਾਸ ਤੋਂ ਬਾਹਰ ਇੱਕ ਕਿਣਕਾ ਪਾਤਰ ਵੀ ਨਾ ਲੈ ਕੇ ਜਾਵੇ। ਸੋ ਆਓ ਉਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਮਹਾਨ ਉਹਨਾਂ ਗੁਰਸਿੱਖਾਂ ਦੇ ਜੀਵਨ ਤੋਂ ਹੀ ਮੈਂ ਸ਼ੁਰੂਆਤ ਕਰਨੀ ਚਾਹਾਂ, ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦਾ ਕਿ ਸ਼ਹੀਦੀ ਦਿਹਾੜਾ ਸੰਗਰਾਂਦ ਵਾਲੇ ਦਿਨ ਲੰਘ ਕੇ ਗਿਆ ਹੈ ਸੰਗਤ ਜੀ, ਉਹਨਾਂ ਨੂੰ ਯਾਦ ਕਰਦਿਆਂ ਕੁੱਝ ਇੱਕ ਪੱਖ ਆਪ ਦੇ ਨਾਲ ਸਾਂਝੇ ਕਰ ਸਕਾਂ। ਇਤਿਹਾਸ ਸੁਣ ਲੈਣਾ, ਇਤਿਹਾਸ ਬੋਲ ਲੈਣਾ ਕੋਈ ਬਹੁਤੀ ਜ਼ਿਆਦਾ ਔਖੀ ਗੱਲ ਨਹੀਂ ਸੰਗਤ ਜੀ, ਪਰ ਉਸ ਇਤਿਹਾਸ ਦੇ ਵਿੱਚੋਂ ਸਿੱਖਿਆ ਕੀ ਤੇ ਸੁਣ ਕੇ ਆਪਣੇ ਮਨ ਦੇ ਅੰਦਰ ਤਬਦੀਲੀ ਕੀ ਆਈ, ਇਹ ਸਾਡੇ ਵਾਸਤੇ ਖਾਸ ਮਹੱਤਵ ਰੱਖਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਸੋ ਕੱਲਾ ਪੁੱਤਾਂ ਵਾਸਤੇ ਨਹੀਂ, ਧੀਆਂ ਵਾਸਤੇ ਵੀ ਇਹ ਬਚਨ ਹੈ, ਪੁੱਤ ਸੁਪੁੱਤ ਕਰੇਨ, ਮਾਪਿਆਂ ਦਾ ਪੁੱਤਰ ਤੇ ਮਾਪਿਆਂ ਦੀ ਬੇਟੀ ਧੀ। ਸੁਪੁੱਤਰ ਉਦੋਂ ਬਣਦਾ ਹੈ ਜਦੋਂ ਆਪਣੇ ਮਾਪਿਆਂ ਦੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚ ਵਾਧਾ ਕਰਦਾ ਹੈ। ਜਿਹੜੀ ਜਾਇਦਾਦ ਜਾਂ ਮਾਂ ਪਿਓ ਦੀ ਕੀਤੀ ਹੋਈ ਕਮਾਈ ਪੁੱਤਰ ਨੂੰ ਜਾਂ ਧੀ ਨੂੰ ਮਿਲਦੀ ਹੈ ਨਾ, ਤੇ ਉਹ ਪੁੱਤਰ ਤੇ ਧੀ ਉਸ ਕਮਾਈ 'ਚ ਵਾਧਾ ਕਰਦਿਆਂ ਹੋਇਆ ਆਪਣੇ ਮਾਂ ਬਾਪ ਦਾ ਨਾਂ ਰੌਸ਼ਨ ਕਰ ਦੇਵੇ, ਉਸ ਨੂੰ ਅੱਗੇ ਲੈ ਕੇ ਜਾਵੇ ਤੇ ਉਸ ਨੂੰ ਸੁਪੁੱਤਰ ਹੋਣ ਦਾ ਮਾਣ ਇਹ ਕੁੱਲ ਜਹਾਨ ਦਿੰਦਾ ਹੈ ਕਿ ਭਾਈ ਇਸ ਨੇ ਆਪਣੇ ਕੀਤੇ ਹੋਏ ਪੁਰਖਿਆਂ ਦੇ ਪੂਰਨਿਆਂ ਤੇ ਚੱਲਦਿਆਂ ਹੋਇਆ ਉਹਨਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਨੂੰ ਵਧਾਇਆ ਹੈ ਤੇ ਜਿਹੜੇ ਸਿਧਾਂਤ ਤੇ ਉਹ ਪਹਿਰਾ ਦਿੰਦੇ ਰਹੇ ਨੇ ਉਸ ਸਿਧਾਂਤ ਤੇ ਪਹਿਰਾ ਦਿੰਦਿਆਂ ਆਪਣੇ ਬਾਪ ਤੋਂ ਵੀ ਦੋ ਕਦਮ ਅੱਗੇ ਨਿਕਲ ਗਏ, ਉਸ ਨੂੰ ਸੁਪੁੱਤਰ ਆਖਿਆ ਜਾਂਦਾ ਹੈ। ਤੇ ਇਹੀ ਬਚਨ ਬੀਬੀ ਵਾਸਤੇ ਧੀ ਵਾਸਤੇ ਵੀ ਹੈ ਕਿ ਮਾਤਾ ਪਿਤਾ ਦੀ ਇੱਜ਼ਤ ਨੂੰ ਰੱਖਦਿਆਂ ਹੋਇਆ ਜੋ ਮਾਤਾ ਪਿਤਾ ਨੇ ਸੰਸਕਾਰ ਦਿੱਤੇ ਨੇ, ਭਾਵੇਂ ਉਹ ਪੇਕੇ ਘਰ ਦੇ ਵਿੱਚੋਂ ਸਿੱਖੇ ਨੇ ਤੇ ਸਹੁਰੇ ਘਰ ਦੇ ਵਿੱਚ ਜਾ ਕੇ ਉਹਨਾਂ ਸੰਸਕਾਰਾਂ ਦਾ ਪਾਲਣ ਕੀਤਾ ਹੈ, ਤੇ ਫਿਰ ਸਹਿਜ ਸੁਭਾਅ ਮੂੰਹ ਚੋਂ ਨਿਕਲਦਾ ਹੈ ਕਿ ਭਾਈ ਅਸਲ ਧੀ ਅਸਲ ਬੇਟੀ ਇਹ ਹੈ ਜਿਹਨੇ ਆਪਣੇ ਮਾਂ ਬਾਪ ਦੀ ਕੀਤੀ ਹੋਈ ਕਮਾਈ ਨੂੰ ਚਾਰ ਚੰਨ ਲਾ ਕੇ ਅੱਗੇ ਵਧਾ ਦਿੱਤਾ ਹੈ। ਤੇ ਦੂਜਾ ਪੱਖ ਗੁਰਮੁਖੋ ਉਹ ਵੀ ਹੈ ਕਿ ਜਿਹੜਾ ਮਾਂ ਬਾਪ ਦੀਆਂ ਕੀਤੀਆਂ ਕਮਾਈਆਂ ਨੂੰ ਕਿਸੇ ਕੁੰਜੇ ਲਾ ਦਿੰਦਾ ਹੈ, ਭਾਵ ਜੀਵਨ ਤੋਂ ਖਿੜਕ ਗਿਆ ਹੈ, ਇਸ ਜੀਵਨ ਦੇ ਅੰਦਰ ਚੰਗਿਆਈ ਦਾ ਰਾਹ ਛੱਡ ਕੇ ਬੁਰਿਆਈ ਦੇ ਰਾਹ ਪੈ ਗਿਆ ਹੈ,
ਤੇ ਉਹਨਾਂ ਨੇ ਆਪ ਤੇ ਕੁਝ ਕੀ ਕਰਨਾ ਸੀ ਪਰ ਕੀਤਾ ਕਰਾਇਆ ਮਾਂ ਬਾਪ ਦੀ ਕੀਤੀ ਕਮਾਈ ਵੀ ਖੂਹ ਦੇ ਵਿੱਚ ਪਾ ਦਿੱਤੀ ਉਹ ਪੁੱਤਰ ਤੋਂ ਕਪੁੱਤਰ ਹੋ ਜਾਂਦਾ ਹੈ। ਤੇ ਜਿਹੜਾ ਵਚਨ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਅੱਜ ਮਾਣ ਮਹਿਸੂਸ ਹੁੰਦਾ ਹੈ ਗੁਰੂ ਕੇ ਉਹਨਾਂ ਪੁੱਤਰਾਂ ਤੇ ਜਿਨ੍ਹਾਂ ਨੇ ਸਿੰਘ ਸਾਂਝੇ ਗੁਰੂ ਕਲਗੀਧਰ ਪਿਤਾ ਨੂੰ ਆਪਣਾ ਪਿਤਾ ਮੰਨਿਆ ਹੈ ਮਾਤਾ ਸਾਹਿਬਜ਼ੇਵਾ ਨੂੰ ਮਾਤਾ ਸਾਹਿਬ ਕੌਰ ਜੀ ਨੂੰ ਆਪਣੇ ਮਾਤਾ ਮੰਨਿਆ ਹੈ ਤੇ ਆਪਣੇ ਗੁਰੂ ਦੇ ਵਚਨਾਂ ਨੂੰ ਜੀਵਨ ਦੇ ਵਿੱਚ ਹੰਢਾਇਆ ਕਮਾਇਆ ਤੇ ਕੇਵਲ ਬਾਣੀ ਪੜ੍ਹੀ ਤੇ ਸੁਣੀ ਨਹੀਂ ਜਦੋਂ ਸਮਾਂ ਆ ਗਿਆ ਖੋਪਰੀਆਂ ਉਤਰਵਾ ਕੇ ਇਹ ਸਾਬਿਤ ਕਰ ਦਿੱਤਾ ਕਿ ਅਸੀਂ ਉਸ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ। ਸੰਗਤ ਜੀ ਸਮਾਂ ਬਣਿਆ ਹੈ ਭਾਈ ਤਾਰੂ ਸਿੰਘ ਇਤਿਹਾਸ ਲਿਖਦਾ ਹੈ ਕਿ ਜਿਸ ਦੀ ਉਮਰ ਤਕਰੀਬਨ 22 ਕੁ ਸਾਲ ਨੌਜਵਾਨੀ ਭਰ ਜਵਾਨੀ ਦੇ ਵਿੱਚ ਤੇ ਘਰ ਪਰਿਵਾਰ ਦੇ ਅੰਦਰ ਬਾਪ ਦਾ ਸਾਇਆ ਨਹੀਂ ਮਾਤਾ ਤੇ ਇੱਕ ਛੋਟੀ ਭੈਣ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੀ ਚਿਣਗ ਲੱਗਦੀ ਕਿੱਥੋਂ ਹੈ। ਗੁਰਮੁਖੋ ਅੱਜ ਦੇ ਜੀਵਨ ਦੇ ਅੰਦਰ ਜੇਕਰ ਆਪਾਂ ਦੇਖੀਏ ਤੇ ਵਿਦਵਾਨ ਡਾਕਟਰ ਇਹ ਗੱਲ ਕਹਿੰਦੇ ਨੇ ਕਿ ਮਾਤਾ ਦੇ ਪੇਟ ਦੇ ਵਿੱਚ ਪਲਣ ਵਾਲਾ ਬੱਚਾ ਉਹਨਾਂ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ ਜਿਹੜੀਆਂ ਚੀਜ਼ਾਂ ਮਾਤਾ ਦਾ ਧਾਰਨੀ ਹੁੰਦੀ ਹੈ। ਭਾਵ ਕਿ ਜੇਕਰ ਮਾਤਾ ਦੀ ਬਿਰਤੀ ਗੁਰਬਾਣੀ ਪੜ੍ਹਨ ਵਾਲੀ ਹੈ ਬਾਣੀ ਸੁਣਨ ਵਾਲੀ ਹੈ ਸੇਵਾ ਕਰਨ ਵਾਲੀ ਹੈ ਤੇ ਗੁਰੂ ਕੇ ਸ਼ਬਦ ਨੂੰ ਸੁਣਦੀ ਹੈ ਬਹਿੰਦੀ ਹੈ ਕੋਈ ਵਾਹਿਗੁਰੂ ਦਾ ਜਾਪ ਕਰਦੀ ਹੈ ਤੇ ਉਸ ਬੱਚੇ ਦੇ ਉੱਪਰ ਵੀ ਅਸਰ ਪੈਂਦਾ ਹੈ। ਤੇ ਜੇਕਰ ਸਾਡਾ ਧਿਆਨ ਦੂਜੇ ਦੁਨਿਆਵੀ ਰਸਾਂ ਭੋਗਾਂ ਵੱਲ ਵੱਧਦਾ ਹੈ ਤੇ ਉਹੀ ਅਸਰ ਬੱਚੇ ਦੇ ਉੱਪਰ ਵੀ ਪੈਂਦਾ। ਸੋ ਸਭ ਤੋਂ ਪਹਿਲੀ ਟੀਚਰ ਮਾਂ ਹੈ ਜਿਹੜੀ ਆਪਣੇ ਬੱਚੇ ਨੂੰ ਗੁਰਮੁਖ ਵੀ ਬਣਾ ਸਕਦੀ ਹੈ ਤੇ ਉਸ ਨੂੰ ਗੁਰੂ ਦੀ ਬਾਣੀ ਦੀ ਚਿਣਗ ਵੀ ਲਾ ਸਕਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕਿ ਸਾਨੂੰ ਐਡੀ ਕੁ ਸਮਤ ਬਖਸ਼ਿਸ਼ ਕਰ ਦੇਣ ਕਿ ਅਸੀਂ ਸਭ ਤੋਂ ਪਹਿਲਾਂ ਘਰ ਪਰਿਵਾਰ 'ਚ ਇਹ ਗੁਣ ਧਾਰਨ ਕਰੀਏ ਕਿ ਸਾਡੇ ਪੁੱਤਰ ਧੀਆਂ ਪੁੱਤਰ ਤੋਂ ਸਪੁੱਤਰ ਬਣਨ ਦੇ ਯੋਗ ਹੋਣ ਤੇ ਅਸੀਂ ਆਪਣੀ ਡਿਊਟੀ ਜ਼ਰੂਰ ਨਿਭਾ ਲਈਏ। ਸੋ ਮਾਤਾ ਗੁਰੂ ਦੀ ਸਿੱਖੀ ਨੂੰ ਧਾਰਨ ਕੀਤਾ ਹੋਇਆ ਹੈ ਬਾਣੀ ਪੜ੍ਹਦੀ ਹੈ ਸੇਵਾ ਸਿਮਰਨ ਕਰਦੀ ਹੈ ਤੇ ਆਪਣੇ ਬੱਚਿਆਂ ਦੇ ਅੰਦਰ ਵੀ ਇਹ ਗੁਣ ਭਰਿਆ ਹੈ ਕਿ ਪੁੱਤਰ ਗੁਰੂ ਨਾਨਕ ਸੱਚੇ ਪਾਤਸ਼ਾਹ ਵੱਲੋਂ ਚਲਾਏ ਹੋਏ ਪੰਥ ਦੇ ਅਸੀਂ ਵਾਰਿਸ ਹਾਂ। ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਖਾਲਸਾ ਪੰਥ ਸਾਜਿਆ ਹੈ ਉਸ ਪੰਥ ਦੇ ਅਸੀਂ ਵਾਰਿਸ ਹਾਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿਧਾਂਤ ਦਿੱਤਾ ਹੈ ਕਿ ਦਸਾਂ ਨੋਹਾਂ ਦੀ ਕਿਰਤ ਕਰਨੀ ਹੈ। ਕਿਰਤ ਕਮਾਈ ਕਰਕੇ ਉਸ ਕੀਤੀ ਹੋਈ ਕਮਾਈ ਦੇ ਵਿੱਚੋਂ ਦਸਵੰਧ ਕੱਢਦਿਆਂ ਗੁਰੂ ਕੇ ਸਿੱਖਾਂ ਦੀ ਤੇ ਲੋੜਵੰਦਾਂ ਦੀ ਸਾਰ ਲੈਣੀ ਹੈ। ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਜੋ ਗੁਰੂ ਨਾਨਕ ਨੇ ਦਿੱਤਾ ਹੈ ਉਹ ਮਾਤਾ ਨੇ ਭਾਈ ਤਾਰੂ ਸਿੰਘ ਨੂੰ ਦ੍ਰਿੜ ਕਰਵਾ ਦਿੱਤਾ ਹੈ। ਤੇ ਗੁਰਮੁਖੋ ਮੈਂ ਵਿਚਾਰ ਸਰਵਣ ਕਰ ਰਿਹਾ ਸਾਂ ਕਥਾ ਸਰਵਣ ਕਰ ਰਿਹਾ ਸਾਂ ਤੇ ਇੱਕ ਵਚਨ ਬੜਾ ਮੇਰੇ ਮਨ ਨੂੰ ਡੁੱਬਿਆ ਤੇ ਉਹ ਕਿਤੇ ਨਾ ਕਿਤੇ ਗੱਲ ਮੈਨੂੰ ਚੰਗੀ ਵੀ ਜਾਪੀ ਹੈ ਤੇ ਮੈਂ ਚਾਹੁੰਦਾ ਸੀ ਕਿ ਆਪ ਦੇ ਨਾਲ ਵੀ ਵਚਨ ਸਾਂਝਾ ਕਰਾਂ। ਤੇ ਕਥਾ ਸਰਵਣ ਕਰਦਿਆਂ ਗੁਰਮੁਖਾਂ ਨੇ ਇੱਕ ਵਚਨ ਸਾਂਝਾ ਕੀਤਾ ਹੈ ਕਿ ਜ਼ਿੰਦਗੀ ਦੇ ਜਿਹੜੇ ਤਿੰਨ ਪਹਿਰ ਨੇ ਬਚਪਨ ਜਵਾਨੀ ਅਤੇ ਬੁਢੇਪਾ। ਬਚਪਨ ਦੇ ਵਿੱਚ ਕੋਈ ਇੱਡੀ ਸੁੱਧ ਬੁੱਧ ਸਰੀਰ ਕਰਕੇ ਨਹੀਂ ਹੁੰਦੀ ਪਰ ਜਿਹਨਾਂ ਤੇ ਗੁਰੂ ਦਾ ਹੱਥ ਹੋ ਜਾਵੇ ਤੋ ਸਤਿਗੁਰ ਸੱਚੇ ਪਾਤਸ਼ਾਹ ਛੋਟੇ ਸਾਹਿਬਜ਼ਾਦਿਆਂ ਦੇ ਸਾਕੀ ਅਸੀਂ ਮਨਾਉਂਦੇ ਹਾਂ ਨਾ ਤੇ ਉਹ ਬਚਪਨ ਵਿੱਚ ਹੀ ਬਾਬੇ ਬਣਾ ਦਿੰਦਾ ਹੈ ਪਰ ਜਿਹਨਾਂ ਦੇ ਉੱਪਰ ਮੇਰੇ ਗੁਰੂ ਦਾ ਹੱਥ ਹੋ ਜਾਵੇ। ਤੇ ਅਗਲਾ ਪੈਰ ਆਉਂਦਾ ਹੈ ਜਵਾਨੀ ਦਾ ਜਿੱਥੇ ਸਾਡੇ ਵਿਕਾਰ ਦੁਨੀਆਂ ਦੇ ਰਸ ਭੋਗ ਮਨ ਦੀ ਤਮੰਨਾ ਮਨ ਦੀ ਇੱਛਾ ਪ੍ਰਬਲ ਹੁੰਦੀ ਹੈ ਕਿ ਆਲਾ ਦੁਆਲਾ ਚੰਗਾ ਲੱਗਦਾ ਹੈ ਤੇ ਉਸ ਵਕਤ ਮਨ ਮਹਿਸੂਸ ਕਰਦਾ ਹੈ ਕਿ ਮੇਰੇ ਵਰਗਾ ਬਲਵਾਨ ਹੈ ਕੋਈ ਨਹੀਂ ਤੇ ਜੋ ਕੁਝ ਮੈਂ ਕਰ ਸਕਦਾ ਸ਼ਾਇਦ ਪੂਰੀ ਦੁਨੀਆਂ ਜਹਾਨ ਤੇ ਕੋਈ ਨਹੀਂ ਕਰ ਸਕਦਾ ਕਿਉਂਕਿ ਜਵਾਨੀ ਪਹਿਰਾ
ਬੜਾ ਜ਼ੋਰ ਰੱਖਦਾ ਮਨ ਦੇ ਉੱਪਰ ਵੀ ਤੇ ਸਰੀਰ ਦੇ ਉੱਪਰ ਵੀ। ਤੇ ਤੀਜਾ ਪਹਿਰ ਬਣ ਜਾਂਦਾ ਹੈ ਬਜ਼ੁਰਗੀ ਦਾ। ਤੇ ਉਹ ਗੁਰਮੁਖਾਂ ਦੇ ਬਚਨ ਸਾਂਝਾ ਕੀਤਾ ਕਿ ਭਾਈ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ, ਬਾਣੀ ਪੜ੍ਹਨੀ ਕਦੋਂ ਕਰਨਾ ਚਾਹੀਦਾ ਹੈ? ਤੇ ਅਸੀਂ ਸਹਿਜੇ ਕਹਿ ਦਿੰਦੇ ਹਾਂ ਕਿ ਜੀ ਹਜੇ ਤੇ ਬੱਚਾ ਹੈ ਜਾਂ ਹਜੇ ਵਿਆਹ ਕਰਨਾ ਹੈ, ਪਰਿਵਾਰ ਪਾਲਣਾ ਹੈ, ਕੰਮ ਧੰਦਿਆਂ 'ਚ ਸੁਰਤੀ ਲੱਗੀ ਹੋਈ ਹੈ, ਥੋੜ੍ਹਾ ਵਡੇਰਾ ਸਮਾਂ ਹੋ ਜਾਵੇ ਤੇ ਵਡੇਪੇ ਦੀ ਉਮਰ 'ਚ ਜਾ ਕੇ ਤੇ ਫਿਰ ਰੱਬ ਨਾਮ ਹੀ ਜਪਣਾ ਹੈ, ਹੁਣ ਜ਼ਿੰਦਗੀ ਦੇ ਕਾਰਜ ਕਰ ਲਈਏ। ਤੇ ਮਹਾਂਪੁਰਖਾਂ ਨੇ ਬਚਨ ਮੈਨੂੰ ਸੁਣਾਇਆ ਤੇ ਮੈਨੂੰ ਬੜਾ ਮਨ ਨੂੰ ਚੰਗਾ ਲੱਗਾ ਕਿ ਭਾਈ ਵਡੇਪੇ ਦੇ ਵਿੱਚ ਜਾ ਕੇ ਸਤਿਗੁਰ ਦੀ ਕਿਰਪਾ ਦੇ ਦੁਆਰਾ ਦੁਨੀਆਂ ਦਾ ਇਹ ਅਸੂਲ ਹੈ ਕਿ ਨੇਤਰਾਂ ਨੇ ਜਵਾਬ ਦੇ ਜਾਣਾ, ਦੰਦਾਂ ਨੇ ਆਪਣੀ ਤਾਕਤ ਖੋ ਦੇਣੀ ਹੈ, ਸਰੀਰ ਨੇ ਆਪਣਾ ਬਲ ਖੋ ਦੇਣਾ ਹੈ। ਕਹਿਣ ਤੋਂ ਭਾਵ ਕਿ ਸਵਾਦ ਤੇ ਤਾਂ ਇਹਨਾਂ ਜਦੋਂ ਚੜ੍ਹਦੀ ਜਵਾਨੀ ਦੇ ਅੰਦਰ ਵਿਕਾਰਾਂ ਦੇ ਉੱਪਰ ਕਾਬੂ ਪਾ ਕੇ ਗੁਰੂ ਕੀ ਸਿੱਖੀ ਧਾਰਨ ਕੀਤੀ, ਜਦੋਂ ਮਨ ਦੇ ਅੰਦਰ ਇੰਨਾ ਕੁ ਜ਼ੋਰ ਸੀ, ਮਨ ਪ੍ਰਬਲ ਸੀ, ਸਰੀਰ ਪ੍ਰਬਲ ਸੀ ਕਿ ਦੁਨੀਆਂ ਦੇ ਰਸਾਂ ਭੋਗਾਂ ਨੂੰ ਭੋਗਣ ਵਾਸਤੇ ਤੜਫਦਾ ਸੀ, ਪਰ ਉਹਦੇ ਤੇ ਕਾਬੂ ਪਾ ਕੇ ਗੁਰੂ ਦੇ ਰਾਹੇ ਪਾ ਦਿੱਤਾ। ਪਰ ਬਜ਼ੁਰਗੀ ਦੀ ਉਮਰ ਦੇ ਵਿੱਚ ਜਾ ਕੇ ਜਦੋਂ ਦਾਦੀ ਕਿਹਾ ਨਹੀਂ ਕਰਦੇ ਤੇ ਮੀਟ ਖਾਧਾ ਤੇ ਨਾ ਖਾਧਾ, ਫਿਰ ਫਾਇਦਾ ਕੀ ਭਾਈ? ਉਹ ਤੇ ਛੱਡਣਾ ਹੀ ਪੈਣਾ ਕਿਉਂਕਿ ਦਾਦੀ ਜਵਾਬ ਦੇ ਰਹੇ ਨੇ। ਬਜ਼ੁਰਗੀ ਦੀ ਉਮਰ ਦੇ ਵਿੱਚ ਜਾ ਕਰਕੇ ਅਸੀਂ ਕਹੀਏ ਕਿ ਅਸੀਂ ਹੁਣ ਟੀਵੀ ਨਹੀਂ ਦੇਖਦੇ ਜਾਂ ਅਸੀਂ ਫਿਲਮਾਂ ਦੇ ਗਾਣੇ ਨਹੀਂ ਸਰਵਣ ਕਰਦੇ ਤੇ ਮਾਫ਼ ਕਰਿਓ ਗੁਰਮੁਖੋ, ਇਸ ਗੱਲ ਨੂੰ ਹਿਰਦੇ ਤੇ ਨਾ ਲਾਇਓ। ਗੁਰੂ ਕੇ ਬਚਨ ਨੂੰ ਮੁੱਖ ਰੱਖ ਕੇ ਕਹਿ ਰਿਹਾ ਕਿ ਕੰਨਾਂ ਨੇ ਪਹਿਲੇ ਤਾਕਤ ਖੋਹ ਦਿੱਤੀ ਕਿ ਭਾਈ ਹੁਣ ਚੰਗਾ ਹੋਵੇ ਤੇ ਮਾੜਾ ਹੋਵੇ, ਸੁਣਨ ਦੀ ਸ਼ਕਤੀ ਚਲੇ ਗਈ ਤੇ ਫਿਰ ਸੁਣਿਆ ਨਾ ਸੁਣਿਆ ਕਿਸ ਅਰਥ। ਕਹਿਣ ਤੋਂ ਭਾਵ ਕਿ ਜਵਾਨੀ ਪਹਿਰੇ ਦੇ ਵਿੱਚ ਜਿਸਨੇ ਗੁਰੂ ਦੀ ਸੰਗਤ ਕਰ ਲਈ, ਗੁਰੂ ਦੇ ਰਾਹੇ ਤੁਰ ਪਿਆ, ਉਸਦਾ ਜੀਵਨ ਸਫਲ ਹੋ ਗਿਆ। ਬਜ਼ੁਰਗੀ ਦੇ ਅੰਦਰ ਜਾ ਕਰਕੇ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਰੀਰ ਨੇ ਜਵਾਬ ਦੇ ਦੇਣਾ ਹੈ ਭਾਈ, ਤੇ ਫਿਰ ਤੇ ਤੇਰੀ ਮਜਬੂਰੀ ਬਣ ਜਾਂਦੀ ਹੈ ਕਿ ਹੋਰ ਕਿਸੇ ਪਾਸੇ ਜਾ ਨਹੀਂ ਸਕਦਾ, ਤੁਰ ਫਿਰ ਨਹੀਂ ਸਕਦਾ। ਤੇ ਬੱਚੇ ਗੁਰਦੁਆਰਾ ਸਾਹਿਬ ਛੱਡ ਜਾਂਦੇ ਨੇ ਕਿ ਬਾਪੂ ਬੇਬੇ ਦੋ ਤਿੰਨ ਘੰਟੇ ਪਹਿਲਾਂ ਇੱਥੇ ਆਰਾਮ ਕਰ ਲੈ ਤੇ ਆ ਕੇ ਲੈ ਜਾਂਗੇ, ਕਿਉਂਕਿ ਬੱਸ ਦੀ ਗੱਲ ਨਹੀਂ। ਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਅਸਲ ਸਵਾਦ ਗੁਰੂ ਦੀ ਗੁਰਬਾਣੀ ਦਾ ਤੇ ਗੁਰੂ ਦੀ ਸਿੱਖੀ ਦਾ ਉਦੋਂ ਆਉਂਦਾ ਹੈ ਜਦੋਂ ਜੀਵਨ ਦੇ ਅੰਦਰ ਜਵਾਨੀ ਵੀ ਹੋਵੇ ਤੇ ਜੀਵਨ ਦੇ ਅੰਦਰ ਇੰਨੀ ਕੁ ਤਾਕਤ ਬਲ ਵੀ ਹੋਵੇ ਕਿ ਫੁਰਨੇ ਜ਼ੋਰ ਮਾਰਦੇ ਨੇ ਪਰ ਉਹਨਾਂ ਫੁਰਨਿਆਂ ਤੇ ਕਾਬੂ ਪਾ ਕੇ ਗੁਰੂ ਦੇ ਚਰਨ ਦੀ ਸ਼ਰਨ ਲੈ ਲਏ। ਸਤਿਗੁਰੂ ਕਿਰਪਾ ਕਰਨ, ਭਾਈ ਤਾਰੂ ਸਿੰਘ ਭਰ ਜਵਾਨੀ ਦੇ ਵਿੱਚ ਹੈ ਪਰ ਗੁਰੂ ਕੀ ਸਿੱਖੀ ਦਾ ਬੀਜ ਮਾਤਾ ਨੇ ਐਸਾ ਬੀਜਿਆ ਹੈ ਕਿ ਦਸਾਂ ਨੋਹਾਂ ਦੀ ਕਿਰਤ ਵੀ ਕਰਦਾ ਹੈ ਤੇ ਘਰ ਦੇ ਅੰਦਰ ਲੋਹ ਵੀ ਤਪਦੀ ਹੈ। ਗੁਰੂ ਕੇ ਸਿੱਖਾਂ ਦੀ ਜਿੱਥੇ ਸੇਵਾ ਕਰਦਾ ਹੈ ਉੱਥੇ ਆਏ ਗਏ ਹਰ ਰਾਹਗੀਰ ਵਾਸਤੇ ਪ੍ਰਸ਼ਾਦਾ ਪੱਕਦਾ ਹੈ। ਕੋਈ ਆ ਜਾਵੇ ਘਰ ਤੋਂ ਜਲ ਪਾਣੀ ਛੱਕਣ ਤੋਂ ਬਗੈਰ ਜਾਇਆ ਨਹੀਂ ਜਾ ਸਕਦਾ। ਤੇ ਇਹ ਬੀਜ ਸੰਗਤ ਜੀ ਕਿੱਥੋਂ ਬੀਜਿਆ ਗਿਆ? ਇਹ ਮਾਤਾ ਨੇ ਸਿੱਖਿਆ ਦਿੱਤੀ। ਸੋ ਸਤਿਗੁਰੂ ਕਿਰਪਾ ਕਰਨ, ਸਮਾਂ ਗੁਜ਼ਰਦਾ ਗਿਆ ਹੈ ਤੇ ਉਸ ਸਮੇਂ ਦੇ ਅੰਦਰ ਜ਼ਕਰੀਆ ਖਾਨ ਵਰਗੇ ਜਿਨ੍ਹਾਂ ਨੇ ਖਾਲਸਾ ਪੰਥ ਨੂੰ ਮਿਟਾਉਣ ਦਾ ਬੀੜਾ ਚੁੱਕ ਲਿਆ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਘਰਾਂ ਤੋਂ ਬੇਘਰ ਕਰ ਦਿੱਤਾ ਗਿਆ, ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਵਾਸਤੇ ਗੁਰੂ ਸਿੱਖਾਂ ਨੂੰ ਮਜਬੂਰ ਕੀਤਾ ਤੇ ਉਹਨਾਂ ਦੀ ਇੱਕ ਬੈਠਕ ਹੋਈ ਹੈ। ਬੈਠਕ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਭਾਈ ਸਿੱਖਾਂ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ ਹੈ, ਘਰਾਂ ਤੋਂ ਬੇਘਰ ਕਰ ਦਿੱਤੇ ਗਏ ਨੇ, ਖਾਣ ਵਾਸਤੇ ਪ੍ਰਸ਼ਾਦਾ ਕੋਈ ਨਹੀਂ, ਰਹਿਣ ਵਾਸਤੇ ਘਰ ਕੋਈ ਨਹੀਂ, ਸਿਰ ਤੇ ਛੱਤ ਕੋਈ ਨਹੀਂ, ਜੰਗਲਾਂ 'ਚ ਘਾਹ ਫੂਸ ਤੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ, ਹੁਣ ਕੋਈ ਬਹੁਤਾ ਸਮਾਂ ਦੂਰ ਨਹੀਂ ਇਹ ਸਿੱਖੀ ਦਾ ਬੀਜ ਨਾਸ਼ ਹੋ ਜਾਵੇਗਾ। ਤੇ ਜਿੱਥੇ ਸੰਗਤ ਜੀ ਦੁਸ਼ਮਣ ਹੁੰਦਾ ਹੈ, ਦੁਸ਼ਮਣ ਤੋਂ ਜ਼ਿਆਦਾ ਘਾਤਕ ਉਹ ਆਪਣਾ ਮਿੱਤਰ ਹੁੰਦਾ ਹੈ ਜਿਹੜਾ ਦੁਸ਼ਮਣ ਦੇ ਪਾਲੇ 'ਚ ਡਾ ਡਿੱਗਦਾ ਹੈ। ਰਾਵਣ ਵਰਗਾ ਮਹਾਬਲੀ, ਐਡਾ ਗਿਆਨੀ ਵਿਦਵਾਨ ਕਦੇ ਵੀ ਸ਼ਾਇਦ ਜਿੱਤਿਆ ਨਾ ਜਾਂਦਾ ਜੇ ਉਹਦਾ ਆਪਣਾ ਭਰਾ ਭੀਸ਼ਣ ਜਿਹੜਾ ਹੈ ਲੰਕਾ ਢਾਉਣ ਦਾ ਕਾਰਨ ਨਾ ਬਣਦਾ। ਕਹਿਣ ਤੋਂ ਭਾਵ ਕਿ ਜਦੋਂ ਆਪਣੇ ਹੀ ਗਦਾਰ ਬਣ ਜਾਂਦੇ ਨੇ ਤੇ ਫਿਰ ਦੁਸ਼ਮਣ ਦੀ ਤਾਕਤ ਦੂਣੀ ਤੀਣੀ ਹੋ ਜਾਂਦੀ ਹੈ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ
ਕਿ ਸਿੱਖੀ ਨਾਲ ਖਾਰ ਖਾਣ ਵਾਲੇ ਸਿੱਖਾਂ ਦੇ ਹੀ ਭੇਸ ਦੇ ਰੂਪ ਦੇ ਵਿੱਚ ਜਿਹੜੇ ਲੋਕ ਰਲੇ ਹੋਏ ਸਨ ਬੈਠਕ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਜਾ ਕੇ ਦੱਸਿਆ ਹੈ ਕਿ ਭਾਈ ਸਿੱਖੀ ਤੇ ਖਤਮ ਹੋ ਜਾਵੇਗੀ, ਸਿੱਖੀ ਦਾ ਕੁਰਾ ਖੋਜ ਮਿਟ ਜਾਵੇਗਾ, ਪਰ ਕਰੋਗੇ ਕਿਵੇਂ ਕਿ ਜੇਕਰ ਤੁਸੀਂ ਸਿੱਖਾਂ ਨੂੰ ਘਰਾਂ ਤੋਂ ਬੇਘਰ ਕਰ ਦਿੱਤਾ ਹੈ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ, ਦਰਖਤਾਂ ਦੇ ਪੱਤੇ ਖਾਣ ਤੇ ਮਜਬੂਰ ਕਰ ਦਿੱਤਾ ਹੈ, ਪਰ ਤੁਸੀਂ ਜਾਣਦੇ ਨਹੀਂ ਕਿ ਉਹਨਾਂ ਨਾਲ ਪਿਆਰ ਕਰਨ ਵਾਲੇ ਐਸੇ ਵੀ ਗੁਰਸਿੱਖ ਨੇ ਜਿਹੜੇ ਪਿੰਡਾਂ ਤੇ ਰਹਿੰਦੇ ਨੇ ਤੇ ਪ੍ਰਸ਼ਾਦਾ ਪਕਾ ਕੇ ਉਹਨਾਂ ਦੀ ਸੇਵਾ ਕਰਦੇ ਨੇ, ਕੱਪੜੇ ਲੱਤੇ ਦੀ ਸੇਵਾ ਕਰਦੇ ਨੇ, ਭਾਵੇਂ ਤੁਸੀਂ ਘਰਾਂ ਤੋਂ ਬੇਘਰ ਕਰ ਦਿੱਤਾ ਹੈ, ਪਰ ਕੋਈ ਐਸੇ ਵੀ ਸਿੱਖ ਹਨ ਜਿਹੜੇ ਗੁਰੂ ਦੀ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ ਤੇ ਉਹਨਾਂ ਗੁਰਸਿੱਖਾਂ ਦੀ ਸੇਵਾ ਸੰਭਾਲ ਕਰਦੇ ਨੇ। ਤੇ ਜ਼ਕਰੀਆ ਖਾਨ ਨੇ ਪੁੱਛਿਆ ਹੈ ਕਿ ਕੌਣ ਹੈ ਤੇ ਸੂਹੀਏ ਨੇ ਇਹ ਗੱਲ ਦੱਸੀ ਹੈ ਕਿ ਤਾਰੂ ਸਿੰਘ ਨਾਂ ਦਾ ਇੱਕ ਬਛਿੰਦਾ ਇਸੇ ਪਿੰਡ ਦਾ ਰਹਿਣ ਵਾਲਾ ਹੈ ਜਿਹੜਾ ਕਿਰਤ ਕਮਾਈ ਤੇ ਕਰਦਾ ਹੈ ਤੇ ਆਪਣੀ ਕਿਰਤ ਕਮਾਈ ਚੋਂ ਉਹਨਾਂ ਭੁੱਖੇ ਸਿੰਘਾਂ ਵਾਸਤੇ ਜੰਗਲਾਂ ਦੇ ਵਿੱਚ ਲੰਗਰ ਪ੍ਰਸ਼ਾਦਾ ਵੀ ਪਹੁੰਚਦਾ ਕਰਦਾ ਹੈ, ਰਸਤਾ ਵਸਤਾ ਪਹੁੰਚਦਾ ਕਰਦਾ ਹੈ, ਲੋੜ ਅਨੁਸਾਰ ਵਸਤਰ ਵੀ ਦਿੰਦਾ ਹੈ। ਤੇ ਜਦੋਂ ਇਤਿਹਾਸ ਸੰਗਤ ਜੀ ਪੜ੍ਹਦੇ ਹਾਂ ਤੇ ਪਤਾ ਲੱਗਦਾ ਹੈ, ਇਤਿਹਾਸਕਾਰ ਦੱਸਦੇ ਨੇ ਕਿ ਭਾਈ ਤਾਰੂ ਸਿੰਘ ਜੀ ਭਾਵੇਂ ਘਰ ਪੱਖੋਂ ਐਡੇ ਕੋਈ ਤਗੜੇ ਜ਼ਿਮੀਦਾਰ ਨਹੀਂ ਸਨ, ਪਰ ਗੁਰੂ ਕੀ ਸਿੱਖੀ ਦੇ ਨਾਲ ਇੰਨਾ ਕੁ ਪ੍ਰੇਮ ਸੀ ਕਿ ਜੋ ਵੀ ਕਮਾਉਂਦੇ ਨੇ ਦਸਵੰਧ ਰੂਪੀ ਘਰ ਦੇ ਅੰਦਰ ਲੋਹ ਪ੍ਰਸ਼ਾਦਾ ਪੱਕਦਾ ਹੈ ਤੇ ਉਹ ਸਿੱਖਾਂ ਵਾਸਤੇ ਰਾਹੀਆਂ ਵਾਸਤੇ ਦਿੰਦੇ ਨੇ, ਤੇ ਜੇਕਰ ਮਾਤਾ ਵੱਲੋਂ ਘਰ ਪਰਿਵਾਰ ਵੱਲੋਂ ਕਿਤੇ ਕੋਈ ਕੱਪੜਾ ਵੀ ਮਿਲ ਜਾਂਦਾ ਹੈ, ਕੋਈ ਵਸਤਰ ਵੀ ਮਿਲ ਜਾਂਦਾ ਹੈ ਤੇ ਉਹ ਆਪ ਨਹੀਂ ਪਹਿਨਦੇ, ਉਸ ਨੂੰ ਰੱਖ ਲੈਂਦੇ ਨੇ ਕਿ ਗੁਰੂ ਕੇ ਸਿੱਖ ਜੰਗਲਾਂ ਦੇ ਵਿੱਚ ਨਿਰਵਸਤਰ ਫਿਰ ਰਹੇ ਨੇ, ਉਹਨਾਂ ਦੇ ਵਾਸਤੇ ਇਹ ਭੇਡਾਂ ਲੈ ਕੇ ਜਾਵਾਂਗਾ। ਤੇ ਸੰਗਤ ਜੀ ਇਤਿਹਾਸਕਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਇਤਿਹਾਸ ਦੇ ਵਿੱਚ, ਆਪ ਸਹਾਰਿਓ ਨੰਗ ਭੁੱਖ ਜਰ ਨਾ ਸਕੋ ਸਿੰਘਣ ਤੋਂ ਦੁੱਖ, ਕਿ ਆਪ ਨੰਗੇ ਰਹਿ ਕੇ ਭੁੱਖ ਸਹਾਰ ਲੈਣੀ ਹੈ, ਪਰ ਗੁਰੂ ਕੇ ਸਿੱਖਾਂ ਦਾ ਦੁੱਖ ਸਹਾਰ ਨਹੀਂ ਕੀਤਾ, ਉਹਨਾਂ ਦੇ ਵਾਸਤੇ ਕੱਪੜਾ ਆਇਆ ਤੇ ਉਹ ਵੀ ਉਹਨਾਂ ਨੂੰ ਭੇਟਾ ਕਰ ਦਿੱਤਾ ਹੈ ਤੇ ਘਰ ਦੇ ਅੰਦਰ ਲੰਗਰ ਪ੍ਰਸ਼ਾਦਾ ਪਕਾ ਕੇ ਜਿਹੜਾ ਉਹਨਾਂ ਦੀ ਸੇਵਾ ਕਰਦਾ ਹੈ। ਤੇ ਜਿਸ ਸੇਵਾ ਦੇ ਵਿੱਚ ਉਹਨਾਂ ਦੀ ਛੋਟੀ ਭੈਣ ਭਾਈ ਬੀਬੀ ਤਾਰੋ, ਜਿੱਥੇ ਭਾਈ ਤਾਰੂ ਸਿੰਘ ਜੀ ਉੱਥੇ ਉਹਨਾਂ ਦੀ ਭੈਣ ਬੀਬੀ ਤਾਰੋ ਜੀ, ਜਿਨ੍ਹਾਂ ਨੇ ਪੂਰੀ ਸੇਵਾ ਕੀਤੀ ਹੈ ਤੇ ਸੂਹੀਆਂ ਨੇ ਜਦੋਂ ਖਬਰ ਦਿੱਤੀ ਹੈ, ਸਰਕਾਰਾਂ ਨੂੰ ਪਤਾ ਲੱਗ ਗਿਆ ਹੈ ਕਿ ਭਾਈ ਗੁਰਸਿੱਖਾਂ ਦੀ ਸੇਵਾ ਵਾਸਤੇ ਇਹ ਪਰਿਵਾਰ ਤਤਪਰ ਰਹਿੰਦਾ ਹੈ ਤੇ ਹੁਕਮ ਜਾਰੀ ਕਰ ਦਿੱਤਾ ਹੈ, ਫਰਮਾਨ ਜਾਰੀ ਕਰ ਦਿੱਤਾ ਹੈ ਕਿ ਫੜ ਕੇ ਲਿਆਂਦਾ ਜਾਵੇ, ਪੇਸ਼ ਕੀਤਾ ਜਾਵੇ, ਨਾ ਫਰਮਾਨੀ ਕਿਉਂ ਕੀਤੀ ਜਾ ਰਹੀ ਹੈ। ਅਹਿਲਕਾਰ ਆਏ ਨੇ ਆਉਂਦਿਆਂ ਬੂਹੇ 'ਚ ਲੱਤ ਮਾਰੀ ਹੈ ਕਿ ਜਿਵੇਂ ਅਹਿਲਕਾਰ ਕਰਦੇ ਨੇ ਫੌਜਾਂ ਕਰਦੀਆਂ ਨੇ, ਕਿੱਥੇ ਆ ਤਾਰੂ ਸਿੰਘ ਕਰੋ ਪੇਸ਼, ਅਸੀਂ ਉਸ ਨੂੰ ਮਿਲਣ ਆਏ ਹਾਂ, ਤੇ ਦੇਖੋ ਉਸ ਮਾਤਾ ਦਾ ਸਬਰ, ਉਸ ਮਾਤਾ ਦਾ ਸਿਦਕ ਕਿ ਜਿਸ ਨੇ ਫੌਜਾਂ ਨੂੰ ਦੇਖ ਕਰਕੇ ਸਿਪਾਹੀਆਂ ਨੂੰ ਦੇਖ ਕਰਕੇ ਮੱਥੇ ਤੇ ਵੱਟ ਨਹੀਂ ਪਾਇਆ, ਕੋਈ ਬੋਲ ਕਬੋਲ ਨਹੀਂ ਬੋਲਿਆ, ਦੋਵੇਂ ਹੱਥ ਜੋੜ ਕੇ ਪਹਿਲਾਂ ਬੇਨਤੀ ਕੀਤੀ, ਪੁੱਤਰੋ ਸਿਪਾਹੀਓ ਬੜੀ ਦੂਰ ਤੋਂ ਆਏ ਹੋਵੋਗੇ, ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੰਨਣ ਵਾਲਿਆਂ ਦੇ ਗੁਰਸਿੱਖਾਂ ਦਾ ਇਹ ਘਰ ਹੈ, ਆਏ ਗਏ ਦੀ ਸੇਵਾ ਕਰਨਾ ਸਾਡਾ ਧਰਮ ਹੈ, ਸਭ ਤੋਂ ਪਹਿਲਾਂ ਜਲ ਪਾਣੀ ਛਕੋ, ਭਾਈ ਤਾਰੂ ਵੀ ਪੇਸ਼ ਕਰ ਦਿਆਂਗੇ ਤੇ ਫਿਰ ਤੁਹਾਨੂੰ ਵੀ ਪੁੱਛ ਲਾਂਗੇ ਕਿ ਕਿਹੜੇ ਕਾਰਨ ਨਾਲ ਵਾਸਤੇ ਆਏ ਹੋ, ਆਓ ਸਭ ਤੋਂ ਪਹਿਲਾਂ ਗੁਰੂ ਕੇ ਲੰਗਰ ਛਕੋ। ਤੇ ਅੱਜ ਜਦੋਂ ਸੰਗਤ ਜੀ ਮੇਰੇ ਵਰਗੇ ਵਿਦਵਾਨਾਂ ਨੂੰ ਲੰਗਰ ਤੇ ਕਿੰਤੂ ਪਰੰਤੂ ਕਰਦਿਆਂ ਮੈਂ ਵੇਖਦਾ ਤੇ ਸੰਗਤਾਂ ਦੇ ਵਿੱਚ ਇਹ ਸੁਨੇਹਾ ਦਿੰਦਿਆਂ ਦੇਖਦਾ ਕਿ ਜੀ ਲੰਗਰਾਂ ਦੀ ਲੋੜ ਕੋਈ ਨਹੀਂ, ਅੱਜ ਗੁਰਸਿੱਖੀ ਲੰਗਰ ਨਹੀਂ ਮੰਗਦੀ, ਅੱਜ ਗੁਰਸਿੱਖੀ ਕੁਝ ਹੋਰ ਮੰਗਦੀ ਹੈ, ਤੇ ਮੈਨੂੰ ਯਾਦ ਆ ਜਾਂਦੀ ਹੈ ਭਾਈ ਤਾਰੂ ਸਿੰਘ ਦੀ ਕਿ ਜਿਹਨਾਂ ਦੀ ਕੁਰਬਾਨੀ ਲੰਗਰਾਂ ਦੀ ਸੇਵਾ ਵਾਸਤੇ ਹੋ ਗਈ ਤੇ ਜਿਹਨਾਂ ਦੀ ਮਾਤਾ ਨੂੰ ਪਤਾ ਹੈ ਕਿ ਮੇਰੇ ਪੁੱਤਰ ਨੂੰ ਫੜਨ ਵਾਸਤੇ ਆਏ ਨੇ, ਫੜ ਕੇ ਲੈ ਜਾਣਗੇ, ਸ਼ਹੀਦ ਕਰ ਦੇਣਗੇ, ਜ਼ਾਲਮ ਇਹਨਾਂ ਨੂੰ ਬਖਸ਼ੇਗਾ ਨਹੀਂ, ਤੇ ਫਿਰ ਵੀ ਗੁਰੂ ਨਾਨਕ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਸਭ ਤੋਂ ਪਹਿਲਾਂ ਬੇਨਤੀ ਕੀਤੀ ਹੈ ਕਿ ਆਓ ਭਾਈ ਲੰਗਰ ਪ੍ਰਸ਼ਾਦਾ ਛਕੋ, ਉਸ ਤੋਂ ਬਾਅਦ ਵਿੱਚ ਵਿਲਾਸ ਕਰਦੇ ਹਾਂ ਕਿ ਕੀ ਲੈਣਾ ਹੈ।
ਸਿਪਾਹੀਆਂ ਨੇ ਥੋੜੀ ਜਿਹੀ ਟਿਊਨ ਨਰਮ ਕੀਤੀ ਹੈ ਕਿ ਅਸੀਂ ਤੇ ਇੰਨਾ ਚੜ ਕੇ ਆਏ ਹਾਂ, ਪਰ ਇਸ ਮਾਤਾ ਨੇ ਸਾਡੇ ਵਾਸਤੇ ਫਿਰ ਵੀ ਹੌਸਲਾ ਰੱਖਿਆ, ਸਾਨੂੰ ਲੰਗਰ ਪ੍ਰਸ਼ਾਦਾ ਪੁੱਛਿਆ ਤੇ ਉਹਨਾਂ ਨੇ ਕਿਹਾ ਬੀਬੀ ਹੁਕਮ ਹੋਇਆ ਸਰਕਾਰ ਦਾ, ਤੇਰਾ ਪੁੱਤਰ ਸਰਕਾਰ ਦੇ ਹੁਕਮ ਦੀ ਨਾ ਫਰਮਾਨੀ ਕਰਦਾ ਹੈ, ਉਹਨੂੰ ਫੜਨ ਆਏ ਹਾਂ, ਉਹਨੂੰ ਲੈਣ ਆਏ ਹਾਂ। ਇੰਨਾ ਹੀ ਨਹੀਂ, ਤੇਰੀ ਬੇਟੀ ਦੇ ਵਾਸਤੇ ਵੀ ਫਤਵਾ ਜਾਰੀ ਹੋਇਆ ਹੈ ਕਿ ਦੋਵਾਂ ਨੂੰ ਫੜ ਕੇ ਲਿਜਾਇਆ ਜਾਵੇਗਾ। ਭਾਈ ਤਾਰੂ ਸਿੰਘ ਜੀ ਪੇਸ਼ ਹੋਏ ਨੇ। ਮੈਂ ਪ੍ਰਸੰਗ ਨੂੰ ਸੰਗਤ ਜੀ ਥੋੜਾ ਜਿਹਾ ਸੰਖੇਪ ਰੂਪ ਚ ਲੈ ਕੇ ਜਾ ਰਿਹਾ, ਕਿਉਂਕਿ ਮੇਰੀ ਪੂਰੀ ਵਿਵਸਥਾ ਵੀ ਆਪਾਂ ਜ਼ਰੂਰ ਕੁਝ ਇੱਕ ਮਿੰਟ ਵਿਚਾਰ ਕਰਨੀ ਹੈ। ਭਾਈ ਤਾਰੂ ਸਿੰਘ ਜੀ ਪੇਸ਼ ਹੋਏ ਨੇ, ਅਹਿਲਕਾਰਾਂ ਨੇ ਪੁੱਛਿਆ ਹੈ ਤਾਰੂ ਸਿੰਘ ਤੂੰ ਹੈ? ਹਾਂਜੀ ਮੈਂ ਹਾਂ, ਦੱਸੋ ਸਰਕਾਰ ਦਾ ਹੁਕਮ ਹੋਇਆ ਭਾਈ ਤੈਨੂੰ ਗ੍ਰਿਫਤਾਰ ਕੀਤਾ ਜਾਵੇ, ਸੱਤ ਬੱਚੇ ਜੀ ਲੈ ਚੱਲੋ। ਤੇ ਸਾਰਾ ਪਿੰਡ ਇਕੱਤਰ ਹੋ ਗਿਆ ਹੈ ਕਿ ਐਸਾ ਗੁਰਮੁਖ ਪਿਆਰਾ, ਐਸਾ ਗੁਰੂ ਕਾ ਸਿੱਖ ਜਿਹੜਾ ਸਭ ਲੋੜਵੰਦਾਂ ਦੀ ਸੇਵਾ ਕਰਦਾ ਹੈ, ਸਭ ਦੇ ਨਾਲ ਸਾਂਝ ਕਰਦਾ ਹੈ, ਆਏ ਗਏ ਦੀ ਸੇਵਾ ਵਾਸਤੇ ਆਪਣਾ ਆਪ ਤੱਕ ਵਾਰਨ ਨੂੰ ਤਿਆਰ ਹੋ ਜਾਂਦਾ ਹੈ, ਅਸੀਂ ਇਸ ਨੂੰ ਗ੍ਰਿਫਤਾਰ ਨਹੀਂ ਹੋਣ ਦਿਆਂਗੇ। ਮੁੱਠੀ ਭਰ ਸਿਪਾਹੀ ਨੇ, ਪੂਰਾ ਇਲਾਕਾ ਪੂਰਾ ਪਿੰਡ ਇਕੱਠਾ ਹੋ ਕੇ ਟੁੱਟ ਕੇ ਪੈ ਜੇ ਤੇ ਸਿਪਾਹੀਆਂ ਦੀ ਕੀ ਚਾਲ ਹੈ ਕਿ ਉਹ ਲੈ ਕੇ ਜਾ ਸਕਣ, ਪਰ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਨੇ ਹੱਥ ਜੋੜ ਕਰਕੇ ਬੇਨਤੀ ਕਰ ਦਿੱਤੀ। ਸਰਵਣ ਕਰਨ ਵਾਲਾ ਬਚਨ ਹੈ ਸੰਗਤ ਜੀ, ਗੁਰੂ ਕੇ ਸਿੱਖ ਦਾ ਬਾਣੀ ਦੇ ਉੱਪਰ ਭਰੋਸਾ, ਅਡੋਲ ਨਿਸ਼ਚਾ ਵੇਖੋ। ਪਿੰਡ ਵਾਲਿਆਂ ਨੇ ਕਿਹਾ ਹੈ ਕਿ ਤਾਰੂ ਸਿੰਘ ਤੂੰ ਇੱਕ ਵਾਰ ਕਹਿ, ਆਪਾਂ ਇਹਨਾਂ ਸਿਪਾਹੀਆਂ ਨੂੰ ਹੱਥੋਂ ਹੱਥੀ ਹੁਣੇ ਢਾਲਾਂਗੇ, ਕਿਸੇ ਦੀ ਕੀ ਜ਼ਰੂਰਤ ਹੈ ਕਿ ਗ੍ਰਿਫਤਾਰ ਕਰਕੇ ਲੈ ਜਾਵੇ। ਪਰ ਗੁਰੂ ਕੀ ਗੁਰਬਾਣੀ ਪੜ੍ਹਨ ਵਾਲਾ ਉਹ ਭਾਈ ਤਾਰੂ ਸਿੰਘ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਹ ਗਲਤੀ ਇਹ ਭੁੱਲ ਨਾ ਕਰਿਓ। ਬਹੁਤ ਲੋਕ ਨੇ ਦੁਨੀਆਂ ਦੇ ਉੱਪਰ ਜਿਹਨਾਂ ਨੂੰ ਸਿੱਖੀ ਮਿਲ ਜਾਂਦੀ ਹੈ, ਕਹਿਣ ਤੋਂ ਭਾਵ ਸਿੱਖਾਂ ਦੇ ਘਰ ਜਨਮ ਹੋ ਗਿਆ, ਨਾਂ ਦੇ ਪਿੱਛੇ ਸਿੰਘ ਤੇ ਕੌਰ ਲੱਗ ਗਿਆ ਤੇ ਅਸੀਂ ਸਿੱਖੀ ਦੇ ਹੱਕਦਾਰ ਬਣ ਗਏ, ਹੁੰਦਾ ਹੈ ਨਾ ਸੰਗਤ ਜੀ? ਤੇ ਸਤਿਗੁਰੂ ਕਿਰਪਾ ਕਰ ਦੇਵੇ, ਕਿਤੇ ਪਰਿਵਾਰ ਨਾਲ ਸੰਬੰਧ ਜੁੜ ਜਾਵੇ ਜਿਹੜਾ ਸਿੱਖੀ ਦਾ ਧਾਰਨੀ ਹੋਵੇ, ਤੇ ਅਸੀਂ ਵੀ ਕਹਿ ਦਿੰਦੇ ਹਾਂ ਕਿ ਸਾਡੇ ਰਿਸ਼ਤੇਦਾਰ ਸਿੱਖ ਨੇ ਤੇ ਅਸੀਂ ਉਹਨਾਂ ਦੇ ਨਾਲ ਉਸੇ ਪਰਿਵਾਰ ਚੋਂ ਹਾਂ। ਸਿੱਖੀ ਮਿਲ ਜਾਂਦੀ ਹੈ, ਸੇਵਾ ਵੀ ਮਿਲ ਜਾਂਦੀ ਹੈ। ਬਹੁਤ ਐਸੇ ਪਰਿਵਾਰ ਨੇ ਜਿਹੜੇ ਗੁਰੂ ਘਰਾਂ ਦੇ ਅੰਦਰ ਵਡਮੁੱਲੀਆਂ ਸੇਵਾਵਾਂ ਕਰਦੇ ਨੇ, ਪਰ ਫਿਰ ਵੀ ਗੁਰੂ ਦੇ ਹੁਕਮ ਅਨੁਸਾਰ ਅੰਮ੍ਰਿਤ ਤੋਂ ਵਾਂਝੇ ਨੇ, ਪਰ ਸੇਵਾ 'ਚ ਕਮੀ ਕੋਈ ਨਹੀਂ। ਸੇਵਾ ਵੀ ਮਿਲ ਜਾਂਦੀ ਹੈ, ਸਿੱਖੀ ਵੀ ਮਿਲ ਜਾਂਦੀ ਹੈ, ਪਰ ਸ਼ਹਾਦਤ ਹਰ ਇੱਕ ਨੂੰ ਜਿਹੜੀ ਹੈ ਉਹ ਨਹੀਂ ਮਿਲਦੀ। ਸੋ ਮੈਂ ਬੇਨਤੀ ਕਰਦਾ ਇਹਨਾਂ ਅਹਿਲਕਾਰਾਂ ਨੂੰ, ਇਹਨਾਂ ਸਿਪਾਹੀਆਂ ਨੂੰ, ਰੋਕੋ ਨਾ। ਅੱਜ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੇਰੀ ਸੇਵਾ ਪ੍ਰਵਾਨ ਹੋਣ ਜਾ ਰਹੀ ਹੈ, ਮੇਰੀ ਸੇਵਾ ਜਿਹੜੀ ਹੈ ਉਹ ਸਫਲ ਹੋਣ ਜਾ ਰਹੀ ਹੈ। ਸਤਿਗੁਰ ਨੇ ਸਿੱਖੀ ਵੀ ਬਖਸ਼ੀ, ਸਤਿਗੁਰ ਨੇ ਸੇਵਾ ਵੀ ਬਖਸ਼ੀ, ਪਰ ਅੱਜ ਉਹ ਮੁਕਾਮ ਸਤਿਗੁਰ ਕਿਰਪਾ ਕਰੇ ਕਿ ਸ਼ਹਾਦਤ ਦਾ ਮੈਨੂੰ ਮਿਲਣ ਵਾਲਾ ਹੈ, ਤੇ ਇਹਨਾਂ ਨੂੰ ਡੱਕ ਕੇ ਮੇਰੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਉਹ ਸ਼ਹਾਦਤ ਦਾ ਮੁਕਾਮ ਨਾ ਕੋਈ ਹੋਵੇ। ਸਿਪਾਹੀ ਗ੍ਰਿਫਤਾਰ ਕਰਕੇ ਲੈ ਗਏ ਨੇ, ਸਵਾਲ ਜਵਾਬ ਹੋਏ ਨੇ, ਤੇ ਸੰਗਤ ਜੀ ਦੋ ਵੇਲੇ ਅਰਦਾਸ ਅਸੀਂ ਸਰਵਣ ਕਰਦੇ ਹਾਂ। ਉਹਨਾਂ ਪਿਆਰਿਆਂ ਗੁਰਸਿੱਖਾਂ, ਬੀਬੀਆਂ, ਭੁਚੰਗੀਆਂ, ਸਿੰਘ ਸਿੰਘਣੀਆਂ, ਜਿਨ੍ਹਾਂ ਨੇ ਧਰਮ ਹੇਸ ਸੀਸ ਦਿੱਤੇ, ਬੰਦ ਬੰਦ ਕਟਵਾਏ, ਚਰਖਣੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ, ਤੇ ਗੁਰਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਬਚਨ ਸਰਵਣ ਕਰਦੇ ਹਾਂ ਨਾ ਜੀ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਇੱਕ ਵਾਰ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ। ਇਹ ਬਚਨ ਕਿਉਂ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਜਿਵੇਂ ਜੀਵਨ ਨੂੰ ਜੀਣ ਵਾਸਤੇ ਸੰਗਤ ਜੀ ਸਵਾਸਾਂ ਦੀ ਲੋੜ ਹੈ, ਸਾਹ ਚੱਲਦਾ ਹੈ ਤੇ ਜੀਵਨ ਜਿਹੜਾ ਅਸੀਂ ਜਿਉ ਰਹੇ ਹਾਂ, ਸਰੀਰ ਜੀਂਦਾ ਹੈ, ਸਾਹ ਟੁੱਟ ਗਿਆ ਹੈ, ਸਾਹ ਮੁੱਕ ਗਿਆ ਹੈ,
ਤੇ ਜੀਵਨ ਦੀ ਹੋਂਦ ਖਤਮ ਹੈ ਤੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੇ ਕਿਤੇ ਗੌਰ ਕਰਕੇ ਦੇਖਿਓ, ਕੇਸ ਹੈ ਨੇ ਤੇ ਸਿੱਖੀ ਚੱਲਦੀ ਹੈ, ਕੇਸ ਕੱਟ ਦਿੱਤੇ, ਕੇਸ ਕਟਵਾ ਦਿੱਤੇ ਤੇ ਸਿੱਖੀ ਟੁੱਟ ਗਈ, ਸਿੱਖੀ ਖਤਮ ਕਰ ਦਿੱਤੀ। ਸਮਝੋ ਜਿਵੇਂ ਸਵਾਸਾਂ ਤੋਂ ਬਗੈਰ ਸਰੀਰ ਨਹੀਂ, ਉਵੇਂ ਕੇਸਾਂ ਤੋਂ ਬਗੈਰ ਸਿੱਖੀ ਕੋਈ ਨਹੀਂ। ਤੇ ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰੀ ਸਾਨੂੰ ਉਹਨਾਂ ਦੇ ਜ਼ਾਮਨ ਬਣਾ ਕਰਕੇ ਸਾਡੀ ਬੇਨਤੀ ਪ੍ਰਵਾਨ ਕਰ ਲਈ। ਭਾਵ ਅਸੀਂ ਅਰਦਾਸ ਕੀਤੀ, ਅਸੀਂ ਬੇਨਤੀ ਕੀਤੀ, ਤੇਰੇ ਤੋਂ ਦੁੱਧ ਮੰਗਿਆ, ਤੇਰੇ ਤੋਂ ਪੁੱਤ ਮੰਗਿਆ, ਤੇਰੇ ਤੋਂ ਜੀਵਨ ਦੇ ਸੁੱਖ ਮੰਗੇ ਨੇ, ਹੋ ਸਕਦਾ ਹੈ ਤੂੰ ਮੇਰੀ ਬੇਨਤੀ ਪ੍ਰਵਾਨ ਨਾ ਕਰੇ, ਪਰ ਅਗਵਾਈ ਦੇ ਰੂਪ ਦੇ ਵਿੱਚ ਉਹਨਾਂ ਸਿੰਘਾਂ ਸ਼ਹੀਦਾਂ ਦਾ ਨਾਂ ਲੈ ਕੇ ਅਸੀਂ ਵਾਸਤਾ ਪਾਉਂਦੇ ਹਾਂ ਕਿ ਸਤਿਗੁਰੂ ਉਹਨਾਂ ਦੀ ਕਮਾਈ ਦਾ ਧਿਆਨ ਧਰਕੇ ਅੱਜ ਮੇਰੀ ਬੇਨਤੀ ਪ੍ਰਵਾਨ ਕਰ ਲਈ, ਜਿਹਨਾਂ ਨੇ ਸੀਸ ਦੇ ਦਿੱਤੇ ਪਰ ਤੇਰੇ ਕੇਸ ਨਹੀਂ ਗਵਾਏ, ਸਿੱਖੀ ਦੇ ਕੇਸਾਂ ਸਵਾਸਾਂ ਸੰਗ ਨਿਭਾਈ, ਉਹਨਾਂ ਦੇ ਚਰਨਾਂ ਪਿੱਛੇ ਅੱਜ ਮੇਰੀ ਵੀ ਬੇਨਤੀ ਕਬੂਲ ਕਰ। ਭਾਈ ਤਾਰੂ ਸਿੰਘ ਜੀ ਨੂੰ ਪੇਸ਼ ਕੀਤਾ ਗਿਆ ਹੈ, ਸਵਾਲ ਜਵਾਬ ਹੋਏ ਨੇ ਕਿ ਸਿੱਖੀ ਛੱਡ ਦਿੱਤੀ ਜਾਵੇ, ਸਿੱਖਾਂ ਦੀ ਸੇਵਾ ਛੱਡ ਦਿੱਤੀ ਜਾਵੇ, ਪਰ ਭਾਈ ਤਾਰੂ ਸਿੰਘ ਨੇ ਮਨਾ ਕਰ ਦਿੱਤਾ ਹੈ, ਜਵਾਬ ਦੇ ਦਿੱਤਾ ਹੈ ਕਿ ਅੱਜ ਉਹ ਮੁਕਾਮ ਆਇਆ ਹੈ ਇੰਨੀ ਸੇਵਾ ਤੋਂ ਬਾਅਦ, ਸਿਮਰਨ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਮੌਕਾ ਬਖਸ਼ਿਸ਼ ਕੀਤਾ ਹੈ ਕਿ ਪ੍ਰਵਾਨ ਚੜ ਸਕਾਂ। ਅੱਜ ਦੁਨੀਆਂ ਦੇ ਝੂਠੇ ਰਸ, ਦੁਨੀਆਂ ਦੇ ਲੋਭ ਲੁਭਾਵ ਮੈਨੂੰ ਲੁਭਾ ਨਹੀਂ ਸਕਦੇ, ਜੋ ਮੈਨੂੰ ਮੇਰੀ ਸਿੱਖੀ ਤੋਂ ਪਰੇ ਕਰ ਦੇਣ। ਮਰਨਾ ਤੇ ਕਬੂਲ ਹੈ, ਸ਼ਹਾਦਤ ਤੇ ਕਬੂਲ ਹੈ, ਪਰ ਸਿੱਖੀ ਤੋਂ ਪਾਸਾ ਨਹੀਂ ਵੱਟ ਸਕਦਾ। ਹੁਕਮ ਹੋਇਆ ਹੈ, ਜ਼ਕਰੀਆ ਖਾਨ ਨੇ ਬਚਨ ਕੀਤਾ ਹੈ ਕਿ ਜਿਹੜੀ ਸਿੱਖੀ ਤੇ ਤੂੰ ਮਾਣ ਕਰਦਾ ਹੈ, ਜਿਹੜੇ ਸਿੱਖ ਹੋਣ ਦਾ ਤੂੰ ਦਾਅਵਾ ਕਰਦਾ ਹੈ, ਤੂੰ ਜਾਣਦਾ ਨਹੀਂ ਮੈਨੂੰ, ਜੁੱਤੀਆਂ ਮਾਰ ਮਾਰ ਕੇ ਤੇਰੇ ਕੇਸ ਝਾੜ ਦਿਆਂਗਾ, ਜਿਹੜੀ ਸਿੱਖੀ ਦੇ ਉੱਪਰ ਤੂੰ ਬਹੁਤਾ ਕੁਰਬਾਨ ਹੋਣ ਫਿਰਦਾ ਹੈ। ਤੇ ਭਾਈ ਤਾਰੂ ਸਿੰਘ ਨੇ ਇਹ ਬਚਨ ਕੀਤਾ ਸੀ ਕਿ ਜ਼ਕਰੀਆ ਖਾਨ ਮੈਨੂੰ ਜੋ ਮਰਜ਼ੀ ਕਹਿ ਲੈਂਦਾ, ਮੇਰੇ ਬਾਰੇ ਜੋ ਕੁਝ ਮਰਜ਼ੀ ਬੋਲ ਲੈਂਦਾ, ਪਰ ਗੁਰੂ ਕੀ ਸਿੱਖੀ ਤੇ ਗੁਰੂ ਕੇ ਕੇਸਾਂ ਦੀ ਬੇਅਦਬੀ ਤੂੰ ਕੀਤੀ ਹੈ, ਇਹ ਮੇਰਾ ਗੁਰੂ ਤੇਰੇ ਨਾਲ ਹਿਸਾਬ ਕਰੇਗਾ, ਮੇਰਾ ਗੁਰੂ ਤੈਨੂੰ ਦੱਸੇਗਾ ਕਿ ਜੁੱਤੀਆਂ ਤੂੰ ਮਾਰ ਕੇ ਮੈਨੂੰ ਮਾਰਦਾ, ਮੇਰੇ ਕੇਸ ਝਾੜਦਾ ਹੈ, ਜਾਂ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ ਦੀਆਂ ਜੁੱਤੀਆਂ ਦੇ ਅੱਗੇ ਲਾ ਕੇ ਤੈਨੂੰ ਲੈ ਕੇ ਜਾਂਦਾ। ਸਮਾਂ ਸੰਗਤ ਜੀ ਬਣਿਆ ਹੈ, ਬੜੇ ਲੋਭ ਲਾਲਚ ਦਿੱਤੇ ਗਏ, ਸਿੱਖੀ ਤੋਂ ਡੋਲਣ ਵਾਸਤੇ ਪ੍ਰੇਰਿਆ ਗਿਆ, ਧਨ ਦੌਲਤ ਆਦਿਕ ਲਾਲਚ ਦੇਣ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਨੇ ਗੁਰੂ ਕੀ ਸਿੱਖੀ ਨੂੰ ਤਿਲਾਂਜਲੀ ਨਹੀਂ ਦਿੱਤੀ। ਨਾਈਆਂ ਨੂੰ ਸੱਦਿਆ ਗਿਆ ਹੈ, ਕੇਸ ਕਤਲ ਕਰਨ ਵਾਸਤੇ ਕਿਹਾ ਗਿਆ ਹੈ, ਪਰ ਤਾਕਤ ਸ਼ਬਦ ਦੀ ਦੇਖੋ, ਤਾਕਤ ਗੁਰਬਾਣੀ ਦੀ ਦੇਖੋ ਕਿ ਕਿਸੇ ਦਾ ਹੌਸਲਾ ਨਹੀਂ ਪੈ ਰਿਹਾ ਕਿ ਭਾਈ ਤਾਰੂ ਸਿੰਘ ਦੀਆਂ ਅੱਖਾਂ ਚ ਅੱਖਾਂ ਪਾ ਕੇ ਸੀਸ ਦੇ ਉੱਪਰ ਕੇਸਾਂ ਨੂੰ ਕੈਂਚੀ ਲਾਈ ਜਾ ਸਕੇ। ਤੇ ਇਤਿਹਾਸਕਾਰ ਤੇ ਇੱਥੋਂ ਤੱਕ ਵੀ ਲਿਖ ਦਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਗੁਰੂ ਨੇ ਕਲਾ ਵਰਤਾਈ ਹੈ ਕਿ ਕੇਸ ਕੱਟਣ ਵਾਸਤੇ ਯਤਨ ਕੀਤਾ ਗਿਆ ਹੈ, ਪਰ ਕੇਸ ਕੱਟੇ ਨਹੀਂ ਜਾ ਰਹੇ। ਤੇ ਸੰਗਤ ਜੀ, ਜਦੋਂ ਇਹ ਬਚਨ ਸਰਵਣ ਕਰਦੇ ਹਾਂ, ਪੜ੍ਹਦੇ ਹਾਂ, ਇੱਕ ਵਾਰ ਮਨ ਅੰਦਰ ਇਹ ਹਲੂਣਾ ਜ਼ਰੂਰ ਆ ਜਾਂਦਾ ਹੈ ਕਿ ਕੀ ਵਾਕਈ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਸਕਦਾ ਹੈ। ਕਿਰਪਾ ਤੇ ਤਾਂ ਹੀ ਕਰੇਗਾ ਨਾ ਜਦੋਂ ਮੇਰੇ ਗੁਰੂ ਦੇ ਹੁਕਮ ਦੇ ਅਸੀਂ ਧਾਰਨੀ ਹੋਈਏ। ਤੇ ਸਟੇਜਾਂ ਤੋਂ ਇੱਥੋਂ ਦੀ ਇੰਗਲੈਂਡ ਦੀ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਦੇਵਾਂ। ਕਾਮੈਂਟਰੀ ਦੀ ਸਟੇਜ ਤੋਂ ਹੀ ਇੱਕ ਗੁਰਮੁਖ ਪਿਆਰੇ ਬੋਲ ਰਹੇ ਸਨ ਕਿ ਜੀ ਇਹ ਸ਼ਹਾਦਤਾਂ ਦੀਆਂ ਕਹਾਣੀਆਂ ਝੂਠ ਨੇ। ਭਾਈ ਤਾਰੂ ਸਿੰਘ ਜੀ ਦੀ ਖੋਪੜੀ ਲਹਾਉਣ ਵਾਲੀ ਕਹਾਣੀ, ਕੇਸ ਨਾ ਕਤਲ ਕਰਨ ਵਾਲੀਆਂ ਕਹਾਣੀਆਂ ਝੂਠ ਨੇ। ਕਿਉਂ? ਕਿਉਂਕਿ ਸਾਡਾ ਆਪਣਾ ਮਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਗੁਰੂ ਇਹ ਕਲਾ ਵਰਤਾ ਸਕਦਾ ਹੈ, ਕਿਉਂਕਿ ਸਾਡਾ ਆਪਣਾ ਭਰੋਸਾ ਗੁਰੂ ਤੇ ਟਿਕਿਆ ਨਹੀਂ। ਗੁਰੂ ਤਾਂ ਹੀ ਬਾਹ ਫੜੇਗਾ ਨਾ ਜਦੋਂ ਆਪਣਾ ਆਪ ਸਮਰਪਿਤ ਕਰ ਲਈਏ, ਮੇਰਾ ਮੁਝਵੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਕੋ ਸੌਂਪ ਤੇ ਕਿਆ ਲੱਗੇ ਮੇਰਾ। ਪਰ ਜਿੰਨੀ ਦੇਰ ਤੱਕ ਮੈਂ ਮੇਰੀ ਮੇਰੇ ਅੰਦਰ ਜਾਗਦੀ ਹੈ, ਉਨੀ ਦੇਰ ਤੱਕ ਗੁਰੂ ਦੇ ਉੱਪਰ ਭਰੋਸਾ ਨਹੀਂ, ਤੇ ਗੁਰੂ ਦੇ ਉੱਪਰ ਭਰੋਸਾ ਨਹੀਂ ਤੇ ਗੁਰੂ ਫਿਰ ਕਿਵੇਂ ਬਾਹ ਫੜੇ।
ਰੋ ਵਿਚਾਰ ਕੇਸ ਕਤਲ ਕਰਨ ਦਾ ਯਤਨ ਕੀਤਾ ਗਿਆ ਹੈ, ਕੇਸ ਕੱਟੇ ਨਹੀਂ ਗਏ। ਮੋਚੀ ਨੂੰ ਸੱਦਿਆ ਗਿਆ ਹੈ ਕਿ ਕੇਸ ਨਹੀਂ ਕੱਟੇ ਜਾਂਦੇ ਤੇ ਖੋਪਰ ਉਤਾਰ ਦਿੱਤਾ ਜਾਵੇ। ਰਤਨ ਸਿੰਘ ਦੀ ਭੰਗੂ ਹੁਣਾਂ ਦਾ ਲਿਖਿਆ ਹੋਇਆ ਇਤਿਹਾਸ ਪੜ੍ਹੀਏ ਤੇ ਉਹਨਾਂ ਨੇ ਬੜੀ ਵਿਸਤਾਰ ਦੇ ਨਾਲ ਦੱਸਿਆ ਹੈ ਕਿ ਕਿਵੇਂ ਰੰਬੀਆਂ ਤੇਜ਼ ਕੀਤੀਆਂ ਗਈਆਂ ਨੇ ਤੇ ਕਿਵੇਂ ਖੋਪਰੀ ਦੇ ਅੱਗੋਂ ਮੱਥੇ ਤੋਂ ਲੈ ਕਰਕੇ ਕੰਨਾਂ ਦੇ ਪਿਛਲੇ ਪਾਸੇ ਦੀਆਂ ਹੁੰਦਿਆਂ ਹੋਇਆ ਇਸ ਗਿੱਚੀ ਦੇ ਉੱਪਰ ਬਿਹਾਈਂਡ ਦਾ ਹੈੱਡ ਤੱਕ ਜਿਹੜਾ ਹੈ ਪਹਿਲਾਂ ਇੱਕ ਪਾਸਾ ਤੇ ਫਿਰ ਦੂਸਰਾ ਪਾਸਾ ਟੱਕ ਲਾਏ ਗਏ ਨੇ ਤੇ ਆਖਰੀ ਟੱਕ ਪਿੱਛੇ ਗਿੱਚੀ ਦੇ ਵਿੱਚ ਲਾ ਕਰਕੇ ਇਹ ਖੋਪਰ ਉਤਾਰ ਦਿੱਤਾ ਗਿਆ। ਪਰ ਉਸ ਗੁਰੂ ਕੇ ਸਿੱਖੀ ਦੇ ਧਾਰਨੀ ਸਿੱਖ ਦਾ ਸਿਦਕ ਦੇਖੋ ਕਿ ਮੂੰਹ ਚੋਂ ਸਤਨਾਮ ਵਾਹਿਗੁਰੂ ਦਾ ਜਾਪ ਨਿਕਲ ਰਿਹਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਰਿਹਾ। ਖੋਪਰ ਉਤਾਰਨ ਤੋਂ ਬਾਅਦ ਵੀ ਸੰਗਤ ਜੀ 21 ਦਿਨ ਤੱਕ ਭਾਈ ਸਾਹਿਬ ਜੀ ਜਿਉਂਦੇ ਰਹੇ ਨੇ। ਦੁਨੀਆਂ ਦਾ ਕੋਈ ਡਾਕਟਰ ਕੋਈ ਸਾਇੰਸਦਾਨ ਅੱਜ ਦੀ ਕਿੱਡੀ ਵੀ ਤਰੱਕੀ ਕਰ ਚੁੱਕਾ ਹੋਵੇ ਇਸ ਗੱਲ ਨੂੰ ਸਾਬਿਤ ਕਰਕੇ ਦਿਖਾ ਦੇਵੇ ਕਿ ਭਾਈ ਖੋਪਰ ਉਤਾਰਨ ਤੋਂ ਬਾਅਦ ਵੀ ਮਨੁੱਖ ਜਿੰਦਾ ਰਹਿ ਸਕਦਾ ਹੈ ਤੇ ਅੱਜ ਦੀ ਸਾਇੰਸ ਦੇਖੋ ਇੰਨੀ ਤਰੱਕੀ ਕਰਕੇ ਵੀ ਇਸ ਕਾਰਜ ਦੇ ਵਿੱਚ ਅਸਫਲ ਹੈ, ਪਰ ਗੁਰੂ ਕੇ ਸ਼ਬਦ ਦੀ ਕਰਾਮਾਤ, ਗੁਰੂ ਕੀ ਬਾਣੀ ਦੀ ਕਰਾਮਾਤ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੱਥ ਜਿਹਦੇ ਸਿਰ ਤੇ ਹੋ ਜਾਵੇ, ਗੁਰ ਭਾਵੇ ਬਿਨ ਸਾਸ ਤੇ ਰਾਖੇ ਤੇ ਇਹ ਤੇ ਖੋਪਰ ਹੀ ਉਤਾਰ ਦਿੱਤਾ ਸੀ ਤੇ ਜੇ ਸਤਿਗੁਰੂ ਦੀ ਕਿਰਪਾ ਹੋ ਜਾਏ, ਉਹਦੀ ਦ੍ਰਿਸ਼ਟੀ ਪੈ ਜਾਏ, ਉਹਦੀ ਨਜ਼ਰ ਚ ਪ੍ਰਵਾਨ ਹੋ ਜਾਈਏ ਤੇ ਸਤਿਗੁਰੂ ਬਿਨਾਂ ਸਵਾਸ ਤੋਂ ਵੀ ਜਿਉਂਦਿਆਂ ਰੱਖ ਸਕਦਾ। 21 ਦਿਨ ਤੱਕ ਜਿਉਂਦੇ ਰਹੇ ਨੇ ਤੇ ਖੋਪਰ ਉਤਾਰਨ ਦੀ ਦੇਰ ਸੀ ਕਿ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬਲ ਪੈ ਗਿਆ ਹੈ, ਉਹਨੂੰ ਸਮਝ ਆ ਗਈ ਹੈ ਤੇ ਜਿਹੜੇ ਰਾਜੇ ਮਹਾਰਾਜੇ ਸੰਗਤ ਜੀ ਹੋਇਆ ਕਰਦੇ ਸਨ ਕੰਨਾਂ ਦੇ ਬੜੇ ਕੱਚੇ ਨੇ। ਕਿਸੇ ਨੇ ਕਹਿ ਦਿੱਤਾ ਹੈ ਕਿ ਭਾਈ ਇਹਨਾਂ ਨੂੰ ਖਤਮ ਕਰੋ ਤੇ ਫਤਵਾ ਜਾਰੀ ਕਰ ਦਿੱਤਾ ਹੈ ਜੀ ਖਤਮ ਕਰ ਦੇਵੋ। ਤੇ ਜਦੋਂ ਫਿਰ ਮੁੱਲਾ ਮੁਲਾਣਿਆਂ ਨੂੰ ਪੁੱਛਿਆ ਗਿਆ ਹੈ, ਉਹਨਾਂ ਨਾਲ ਗੱਲ ਕੀਤੀ ਗਈ ਹੈ ਤੇ ਜ਼ਿਕਰ ਆਉਂਦਾ ਹੈ ਭਾਈ ਸੁਵੇਗ ਸਿੰਘ ਜੀ ਦਾ, ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜ ਕੇ ਬਾਅਦ ਵਿੱਚ ਸ਼ਹੀਦ ਕੀਤਾ ਗਿਆ ਸੀ, ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਤੇ ਜ਼ਕਰੀਆ ਖਾਨ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਗੁਰੂ ਕੇ ਪਿਆਰੇ ਦੇ ਨਾਲ ਜ਼ਾਤੀ ਕੀਤੀ ਹੈ, ਜਿਹੜਾ ਹੁਕਮ ਮੈਂ ਜਾਰੀ ਕੀਤਾ ਸੀ ਸਤਿਗੁਰ ਨੇ ਅੱਲਾ ਨੇ ਉਹਦਾ ਮੈਨੂੰ ਫਲ ਦੇ ਦਿੱਤਾ ਹੈ, ਮੇਰਾ ਛੁਟਕਾਰਾ ਕਿਵੇਂ ਹੋਵੇ। ਤੇ ਇੱਥੋਂ ਤੱਕ ਵੀ ਇਤਿਹਾਸ ਇਹ ਗੱਲ ਜ਼ਿਕਰ ਕਰਦਾ ਹੈ ਕਿ ਜ਼ਕਰੀਆ ਖਾਨ ਨੇ ਭਾਈ ਸੁਵੇਗ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੱਥ ਜੋੜ ਕਰਕੇ ਇਹ ਮਿਹਨਤ ਕੀਤੀ ਹੈ, ਬੇਨਤੀ ਕੀਤੀ ਹੈ ਕਿ ਮੈਂ ਖਾਲਸਾ ਪੰਥ ਦੇ ਅੱਗੇ ਹੱਥ ਜੋੜਦਾ, ਮੇਰੀ ਅਰਦਾਸ ਮੇਰੀ ਬੇਨਤੀ ਪ੍ਰਵਾਨ ਕਰੋ ਤੇ ਉਸ ਗੁਰਸਿੱਖ ਤੋਂ ਮੈਨੂੰ ਛਿਮਾ ਦਵਾ ਦਿਓ, ਮੈਨੂੰ ਮਾਫ਼ ਕਰਵਾ ਦਿਓ ਤਾਂ ਜੋ ਮੇਰੇ ਸਰੀਰ ਦਾ ਰੋਗ ਦੂਰ ਹੋ ਸਕੇ। ਖਾਲਸਾ ਪੰਥ ਦੀ ਰੀਤ ਮੁਤਾਬਕ ਗੁਰਸਿੱਖ ਇਕੱਤਰ ਹੋਏ ਨੇ, ਭਾਈ ਤਾਰੂ ਸਿੰਘ ਜੀ ਦੇ ਨਾਲ ਬਚਨ ਮਿਲਾਸ ਕੀਤਾ ਗਿਆ ਹੈ ਤੇ ਭਾਈ ਤਾਰੂ ਸਿੰਘ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਰੱਖਣ ਵਾਲੇ ਸਿੱਖ ਨੇ ਬਚਨ ਕੀਤਾ ਹੈ ਕਿ ਭਾਈ ਮੇਰੇ ਹੱਥ ਵੱਸ ਕੁਛ ਨਹੀਂ, ਉਸ ਨਿਰੰਕਾਰ ਦੀ ਖੇਡ ਵਰਤਾਈ ਹੈ, ਸਜ਼ਾ ਦੇਣ ਵਾਲਾ ਵੀ ਉਹ ਹੈ, ਬਖਸ਼ਣ ਵਾਲਾ ਵੀ ਉਹ ਹੈ, ਮੈਂ ਉਹਦੇ ਹੁਕਮ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਰਾਹ ਦਾ ਪੰਧੀ ਹਾਂ, ਬੇਨਤੀ ਕਰਨੀ ਹੈ ਕਿ ਸਤਿਗੁਰ ਦੇ ਚਰਨਾਂ 'ਚ ਕਰੋ ਭਾਈ ਮੇਰਾ ਇਹਦੇ ਵਿੱਚ ਕੋਈ ਮੈਂ ਕੁਝ ਨਹੀਂ ਕਰ ਸਕਦਾ, ਨਾ ਤੇ ਮੈਂ ਉਹਨੂੰ ਕੋਈ ਸਜ਼ਾ ਦਿੱਤੀ ਹੈ ਤੇ ਨਾ ਹੀ ਮੈਂ ਉਸਨੂੰ ਕੋਈ ਮਾਫ਼ੀ ਦੇ ਸਕਦਾ। ਤੇ ਸਤਿਗੁਰ ਕਿਰਪਾ ਕਰਦੇ ਨੇ ਕਿ ਸੰਤਾਂ ਦਾ ਬਚਨ, ਸਾਧੂਆਂ ਦਾ ਬਚਨ, ਗੁਰੂ ਕੇ ਪਿਆਰਿਆਂ ਦਾ ਬਚਨ ਕਿਤੇ ਸਹਿ ਸੁਭਾਅ ਵੀ ਨਿਕਲ ਜਾਵੇ ਤੇ ਗੁਰੂ ਉਹਨਾਂ ਬਚਨਾਂ ਨੂੰ ਪੂਰਾ ਕਰ ਦਿੰਦਾ ਹੈ। ਤੇ ਭਾਈ ਤਾਰੂ ਸਿੰਘ ਦਾ ਕੀਤਾ ਹੋਇਆ ਬਚਨ ਕਿ ਤੂੰ ਮੇਰੇ ਜੁੱਤੀਆਂ ਮਾਰ ਕੇ ਕੀ ਕੇਸ ਝਾੜੇਗਾ, ਇਹ ਸਤਿਗੁਰ ਨਿਰਣਾ ਕਰੇਗਾ ਕਿ ਜੁੱਤੀਆਂ ਤੂੰ ਮਾਰਦਾ ਹੈ ਜਾਂ ਗੁਰਸਿੱਖ ਤੈਨੂੰ ਜੁੱਤੀਆਂ ਮਾਰ ਕੇ ਅੱਗੇ ਲਾ ਕੇ ਲੈ ਜਾਵੇਗਾ, ਉਹ ਬਚਨ ਵੀ ਸਤਿਗੁਰ ਨੇ ਪੂਰਾ ਕਰਨਾ ਸੀ। ਗੁਰਸਿੱਖਾਂ ਨੇ ਮਤਾ ਕੀਤਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲਿਜਾ ਕੇ ਉਹਦੇ ਸੀਸ ਦੇ ਵਿੱਚ ਮਾਰੀ ਜਾਵੇ ਜ਼ਕਰੀਆ ਖਾਨ ਦੇ, ਤਾਂ ਇਸ ਨੂੰ ਆਰਾਮ ਮਿਲ ਸਕਦਾ ਹੈ। ਜ਼ਕਰੀਆ ਖਾਨ 20 ਦਿਨਾਂ ਤੱਕ ਲਗਾਤਾਰ ਉਹਦੇ ਜੁੱਤੀਆਂ ਪੈਂਦੀਆਂ ਰਹੀਆਂ ਨੇ ਭਾਈ ਤਾਰੂ ਸਿੰਘ ਜੀ ਦੀਆਂ, ਤੇ ਜਿੰਨੀ ਦੇਰ ਤੱਕ ਜੁੱਤੀਆਂ ਮਾਰਦੇ ਨੇ ਉਨੀ ਦੇਰ ਤੱਕ ਆਰਾਮ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਬੰਦ ਪੈ ਜਾਂਦਾ ਹੈ।
ਤੇ ਇੱਥੋਂ ਤੱਕ ਵੀ ਇਤਿਹਾਸਕਾਰ ਲਿਖਦੇ ਨੇ ਕਿ ਜ਼ਕਰੀਆ ਖਾਨ ਇੰਨਾ ਕੁ ਤੰਗ ਹੋ ਗਿਆ ਕਿ ਆਪਣੇ ਅਹਿਲਕਾਰਾਂ ਤੇ ਵੀ ਗੁੱਸਾ ਹੋਇਆ ਕਿ ਭਾਈ ਇੱਕ ਦੋ ਜੁੱਤੀਆਂ ਮਾਰ ਕੇ ਰੁਕਦੇ ਕਿਉਂ, ਮੈਨੂੰ ਫੜਾ ਦਿਓ, ਮੈਂ ਲਗਾਤਾਰ ਆਪਣੇ ਆਪ ਨੂੰ ਮਾਰ ਲੈਂਦਾ ਤਾਂ ਮੈਨੂੰ ਆਰਾਮ ਮਿਲ ਸਕੇ। ਰੋ ਵਿਚਾਰ 21ਵੇਂ ਦਿਨ ਉਸ ਜ਼ਕਰੀਆ ਖਾਨ ਦਾ ਇਹਦਾ ਪਿਸ਼ਾਬ ਦਾ ਬੰਨ ਜਿਉਂ ਦਾ ਤਿਉਂ ਬਣਿਆ ਰਿਹਾ, ਜਿੰਨੀ ਦੇਰ ਤੱਕ ਜੁੱਤੀਆਂ ਮਾਰਦੇ ਰਹੇ ਨੇ ਉਨੀ ਦੇਰ ਤੱਕ ਆਰਾਮ ਮਿਲਦਾ ਰਿਹਾ ਹੈ, ਪਰ ਉਸ ਤੋਂ ਬਾਅਦ ਉਹ ਆਪਣਾ ਜੀਵਨ ਲੀਲਾ ਸਮਾਪਤ ਕਰ ਗਿਆ। ਤੇ ਉਧਰ ਗੁਰੂ ਕੇ ਪਿਆਰੇ ਸਿੱਖ ਭਾਈ ਤਾਰੂ ਜੀ, ਜਿਹਨਾਂ ਦਾ ਸਹਿ ਸੁਭਾਅ ਵਚਨ ਹੋਇਆ ਸੀ ਕਿ ਤੂੰ ਗੁਰੂ ਕੇ ਸਿੱਖਾਂ ਨੂੰ ਕਿਵੇਂ ਜਿੱਤੀਆਂ ਮਾਰ ਕੇ ਉਹ ਲੈ ਕੇ ਜਾਵੇਗਾ ਜਾਂ ਸ਼ਹੀਦ ਕਰੇਗਾ, ਉਹ ਗੁਰੂ ਨੇ ਵਚਨ ਨੂੰ ਪੂਰਾ ਕੀਤਾ ਹੈ। ਭਾਈ ਸੁਵੇਗ ਸਿੰਘ ਹੋਣਾ ਦਾ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਭਾਈ ਤਾਰੂ ਸਿੰਘ ਹੋਣਾ ਨੂੰ ਬੇਨਤੀ ਕੀਤੀ ਗਈ, ਹਕੀਮ ਬੁਲਾਏ ਗਏ ਨੇ ਕਿ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਕੋਈ ਨਵੀਂ ਖੋਪਰੀ ਦਾ ਪ੍ਰਬੰਧ ਕਰ ਸਕਦੇ ਹਾਂ, ਤੁਹਾਡਾ ਇਲਾਜ ਕੀਤਾ ਜਾ ਸਕਦਾ ਹੈ, ਦਵਾਈ ਬੂਟੀ ਕੀਤੀ ਜਾ ਸਕਦੀ ਹੈ, ਪਰ ਭਾਈ ਤਾਰੂ ਸਿੰਘ ਜੀ ਨੇ ਮਨਾ ਕਰ ਦਿੱਤਾ ਹੈ ਤੇ ਇੱਕੋ ਬੇਨਤੀ ਕੀਤੀ ਹੈ ਕਿ ਜੇ ਕੁਝ ਕਰਨਾ ਚਾਹੁੰਦੇ ਹੋ ਤੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਸਰੋਵਰ ਦਾ ਜਲ ਲਿਆ ਕੇ ਮੈਨੂੰ ਉਹਦੇ ਨਾਲ ਇਸ਼ਨਾਨ ਕਰਾਇਆ ਜਾਵੇ ਤੇ ਮੇਰੀ ਅਰਦਾਸ ਰੂਪ ਬੇਨਤੀ ਰੂਪ ਦੇਹ ਤਿਆਰ ਕਰਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਿਹੜਾ ਹੈ ਉਹ ਅਰਦਾਸ ਕੀਤੀ ਜਾਵੇ ਕਿ ਸਤਿਗੁਰੂ ਆਪਣੇ ਸੇਵਕ ਦੀ ਸੇਵਾ ਉਹ ਥਾਂ ਪਾ ਲੈਣ। ਤੇ ਅੱਜ ਗੁਰਸਿੱਖੋ ਉਸ ਸਰੋਵਰ ਤੇ ਵੀ ਤਰਕਾਂ, ਉਸ ਸਰੋਵਰ ਦੇ ਜਲ ਨੂੰ ਵੀ ਪਤਾ ਨਹੀਂ ਕੀ ਕੁਝ ਅਸੀਂ ਕਹਿ ਜਾਂਦੇ ਹਾਂ, ਈਰਖਾ ਵਸ। ਤੇ ਇਤਿਹਾਸਕਾਰ ਜ਼ਿਕਰ ਕਰਦੇ ਨੇ ਕਿ ਭਾਈ ਤਾਰੂ ਸਿੰਘ ਜੀ ਨੂੰ ਦਰਬਾਰ ਸਾਹਿਬ ਜੀ ਦੇ ਸਰੋਵਰ ਦੇ ਪਵਿੱਤਰ ਜਲ ਦੇ ਨਾਲ ਇਸ਼ਨਾਨ ਕਰਾਇਆ ਗਿਆ ਹੈ। ਇਸ਼ਨਾਨ ਕਰਨ ਤੋਂ ਉਪਰੰਤ ਭਾਈ ਸਾਹਿਬ ਜੀ ਨੇ ਗੁਰਬਾਣੀ ਦਾ ਜਾਪ ਕੀਤਾ ਹੈ, ਪਾਠ ਕੀਤਾ ਹੈ, ਗੁਰਸਿੱਖਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਦੇਗ ਸਜਾ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰਦਿਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਨੇ। ਆਖਿਰ